ਪ੍ਰੇਮ ਪਿਆਰ ਦਿੱਤਾ ਹੈ ਬਾਣੀ ਦੇ ਵਿੱਚ ਉੱਤੇ ਪਰੋਤੇ ਹੋਏ ਗੁਰਸਿੱਖ ਕੀਰਤਨੀਏ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ 8:30 ਵਜੇ ਤੱਕ ਆਪ ਜੀ ਨੂੰ ਗੁਰੂ ਚਰਨਾਂ ਦੇ ਨਾਲ ਗੁਰ ਸ਼ਬਦ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਹੋਏ ਸਤਿਗੁਰੁ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰੁ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਜ ਸਾਜਣ ਤੇਰੇ ਚਰਨ ਕੀ ਸਾਜਣ ਤੇਰੇ ਚਰਨ ਕੀ ਸਾਜਣ ਤੇਰੇ ਚਰਨ ਕੀ ਹੋਏ ਰਹਾ ਸਦ ਦੂਰ ਹੋਏ ਰਹਾ ਸਦ ਨਾਨਕ
ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ ਵੇਖੋ ਕਥਨ ਨ ਜਾਈ ਕਥਾ ਕਥਨ
ਤਾਂ ਕੀ ਤੇ ਆਸ ਪੁਜਾਈ।
ਆਪਣਾ ਕਾਰਜ ਆਪ ਸਵਾਰੇ, ਆਪਣਾ ਕਾਰਜ ਆਪ ਸਵਾਰੇ, ਆਪਣਾ ਕਾਰਜ ਆਪ ਸਵਾਰੇ। ਆ
ਆਪਣਾ ਕਾਰਜ ਆਪ ਸਵਾਰੀ।
ਤੂੰ ਮੇਰੋ ਸੁਖਦਾਤਾ ਪ੍ਰਭੂ ਜੀ, ਤੂੰ ਮੇਰੋ ਸੁਖਦਾਤਾ, ਤੂੰ ਮੇਰੋ ਸੁਖਦਾਤਾ ਪ੍ਰਭੂ ਜੀ, ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਪ੍ਰਭੂ ਜੀ, ਤੂੰ ਮੇਰੋ ਸੁਖਦਾਤਾ, ਤੂੰ ਮੇਰੋ ਸੁਖਦਾਤਾ ਪ੍ਰਭੂ ਜੀ, ਤੂੰ ਮੇਰੋ ਸੁਖਦਾਤਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਪ੍ਰਭ ਜੀ, ਤੂੰ ਮੇਰਾ ਸੁਖਦਾਤਾ, ਤੂੰ ਮੇਰਾ ਸੁਖਦਾਤਾ ਪ੍ਰਭ ਜੀ, ਤੂੰ ਮੇਰਾ ਸੁਖਦਾਤਾ।
ਜਪ ਪੂਰਨ ਹੋਈ ਆਸਾ, ਪੂਰੀ ਆਸਾ ਜੀ, ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਜਪ ਪੂਰਨ ਹੋਈ ਆਸਾ, ਜੋ ਮਾਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜਪ ਪੂਰਨ ਹੋਈ ਆਸਾ, ਹੋਈ ਆਸਾ, ਨਾਨਕ ਪ੍ਰਭ ਅਬਿਨਾਸੀ ਤਾਕਿ ਸੇਵ ਨ ਬਿਰਤੀ ਜਾਸੀ, ਆਨੰਦ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਤੂੰ ਮੇਰਾ ਸੁਖਦਾਤਾ ਪ੍ਰਭ ਜੀ, ਤੂੰ ਮੇਰਾ ਸੁਖਦਾਤਾ, ਤੂੰ ਮੇਰਾ ਸੁਖਦਾਤਾ।
ਪ੍ਰਭ ਜੀ ਤੂੰ ਮੇਰਾ ਸੁਖਦਾਤਾ ਤੂੰ ਮੇਰਾ ਸੁਖਦਾਤਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਐਸੀ ਦਾਤ ਤੇਰੀ ਐਸੀ ਦਾਤ ਤੇਰੀ ਦਾਤ ਤੇਰੀ ਪ੍ਰਭ ਮੇਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਐਸੀ ਦਾਤ ਤੇਰੀ ਐਸੀ ਦਾਤ ਦੀਨ ਕੋ ਰਾਤ
साहिब मन मेला शरण पया नानक सुहेला सुहेला गुण निदान साहिब मन मेला शरण पया ਜਪ ਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ऐसी दात तेरी, ऐसी दात तेरी, ऐसी दात तेरी, ऐसी दात तेरी, दात तेरी कब मेरे, ऐसी दात तेरी कब मेरे, ऐसी दात तेरी ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠੇ ਮਹਾਨ ਸ਼ਹੀਦਾਂ ਦੀ ਧਰਤੀ 'ਤੇ ਨਤਮਸਤ ਹੋ ਰਹੇ ਗੁਰਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਮਹਾਨ ਸੂਰਬੀਰ ਯੋਧੇ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਅਤੇ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਤਨ ਮਨ ਧਨ ਨਾਲ ਸੇਵਾ ਕਰ ਰਹੇ ਹੋ। ਦੂਰ ਦੁਰਾਡੇ ਤੱਕ ਦੇਸ਼ ਵਿਦੇਸ਼ ਦੀਆਂ ਸੰਗਤਾਂ ਚੈਨਲਾਂ ਰਾਹੀਂ ਮਹਾਰਾਜ ਜੀ ਦੇ ਇਸ ਕੀਰਤਨ ਦਾ, ਇਸ ਮਹਾਨ ਸਥਾਨ ਦਾ ਜਿੱਥੇ ਦਰਸ਼ਨ ਕਰ ਰਹੇ ਨੇ ਉੱਥੇ ਕੀਰਤਨ ਦਾ ਵੀ ਆਨੰਦ ਮਾਣ ਰਹੇ ਨੇ। ਆਪ ਸੰਗਤਾਂ ਨੇ ਬੜੇ ਤਨ ਮਨ ਧਨ ਨਾਲ ਸੇਵਾ ਵੀ ਕਰ ਰਹੇ ਹੋ। ਠੀਕ ਹੈ, ਜਿੱਥੇ ਅਸੀਂ ਸਾਰੇ ਤੇ ਜਾਣੇ ਨਹੀਂ ਸੇਵਾ ਕਰ ਸਕਦੇ ਉੱਥੇ ਅਸੀਂ ਧਨ ਦੀ ਮਾਇਆ ਦੀ ਸੇਵਾ ਵੀ ਕਰਦੇ ਹਾਂ। ਮਾਇਆ ਦੀ ਸੇਵਾ ਕਰ ਲੈਣੀ ਵੀ ਬੜੀ ਬਖਸ਼ਿਸ਼ ਵਾਲੀ ਹੈ, ਪਰ ਜਦੋਂ ਅਸੀਂ ਇੱਥੇ ਆਣ ਕੇ ਆਪਣੇ ਹੱਥਾਂ ਨਾਲ ਸੇਵਾ ਕਰਦੇ ਹਾਂ, ਸਰੀਰ ਨੂੰ ਸਫਲਾ ਬਣਾਉਂਦੇ ਹਾਂ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ, ਇਸ ਸਰੀਰ ਨੂੰ ਅਸੀਂ ਸੇਵਾ ਕਰਕੇ ਆਪਣੇ ਬਖਸ਼ਿਸ਼ ਸਤਿਗੁਰਾਂ ਦੀ ਲੈਂਦੇ ਹਾਂ ਦਰ ਤੋਂ, ਉੱਥੇ ਨਾਲ ਨਾਲ ਅਸੀਂ ਮਹਾਰਾਜ ਨੂੰ ਦਾਤਾਂ ਵੀ ਮੰਗਦੇ ਹਾਂ। ਅਤੇ ਦਾਤਾਂ ਦੇਣ ਵਾਲਾ ਪੂਰਾ ਹੀ ਦਾਤਾਂ ਦੇ ਸਕਦਾ ਹੈ, ਕਿਉਂਕਿ ਗਰੀਬ ਨਿਵਾਜ ਦੇ ਘਰ ਸਭ ਕੁਛ ਹੈ। ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਹੀ ਸੁਭਾਵ। ਉੱਥੇ ਆਪਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ, ਉਹਨਾਂ ਸ਼ਹੀਦਾਂ ਤੋਂ ਆਪਣੇ ਘਰ ਦੀ ਸੁੱਖ ਆਨੰਦ, ਪੁੱਤਰਾਂ ਦੀਆਂ ਦਾਤਾਂ, ਹੋਰ ਅਨੇਕਾਂ ਦਾਤਾਂ ਮੰਗਦੇ ਹਾਂ। ਉੱਥੇ ਅਸੀਂ ਤੰਦਰੁਸਤੀ ਵੀ ਮੰਗਦੇ ਹਾਂ। ਜਿੱਥੇ ਅਸੀਂ ਆਪ ਤੰਦਰੁਸਤੀ ਮੰਗਦੇ ਹਾਂ ਉੱਥੇ ਉਹਨਾਂ ਸੇਵਾਦਾਰਾਂ ਦੀ ਵੀ ਅਰਦਾਸ ਕਰਨੀ ਚਾਹੀਦੀ, ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਸਤਿਗੁਰਾਂ ਦੀ ਬਖਸ਼ਿਸ਼ ਲੈ ਕੇ ਇਸ ਦਰ ਦੀ ਅਤੇ ਉਹਨਾਂ ਮਹਾਨ ਪਵਿੱਤਰ ਸ਼ਹੀਦਾਂ ਦੇ ਦਰ ਦੀ ਸੇਵਾ, ਸ੍ਰੀ ਫਤਿਹਗੜ੍ਹ ਸਾਹਿਬ ਦੀ ਸੇਵਾ, ਜਿੱਥੇ ਕਿ ਸਫਰੇ ਸ਼ਹਾਦਤ ਦਾ ਸਮਾਗਮ ਕਰਨ ਵਾਲੇ ਸਮੂਹ ਸਿੱਖ, ਜਿਸ ਤਰ੍ਹਾਂ ਤੇ ਭਾਈ ਸਰ ਹਰਪਾਲ ਸਿੰਘ ਜੀ, ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਸਮੁੱਚੇ ਸੇਵਾਦਾਰ, ਜਿਨ੍ਹਾਂ ਵਿੱਚ ਗੁਰੂ ਕੇ ਕੀਰਤਨੀਆਂ ਵੀ ਹੁੰਦੇ ਨੇ ਅਤੇ ਹੋਰ ਵੀ ਸੇਵਾਦਾਰ ਜਿਹੜੇ ਬੜੇ ਹੀ 24-24 ਘੰਟੇ ਤਤਪਰ ਰਹਿ ਕੇ ਸੇਵਾ ਕਰਦੇ, ਉਹਨਾਂ ਦੀ ਆਪਾਂ ਅਰਦਾਸ ਵੀ ਕਰਿਆ ਕਰੀਏ। ਅਤੇ ਜਿੱਥੇ ਮੇਰੇ ਵੀਰ ਭਾਈ ਭੁਪਿੰਦਰ ਸਿੰਘ ਜੀ ਹਰ ਸਮਾਗਮ ਵਿੱਚ
ਸਟੇਟ ਸੈਕਟਰੀ ਦੀ ਸੇਵਾ ਸੰਭਾਲਦੇ ਨੇ। ਹਰ ਇੱਕ ਗੁਰਸਿੱਖ ਪਿਆਰੇ ਦੀ ਜ਼ਿੰਮੇਵਾਰੀ ਨਾਲ ਸੇਵਾ ਹਰ ਇੱਕ ਕਰਦਾ ਹੈ। ਉੱਥੇ ਸਾਡੇ ਸੋਨੂ ਵੀਰ ਜੀ ਜੋ ਕਿ ਸਾਡੇ ਕੀਰਤਨੀਆਂ ਦੇ ਨਾਲ ਬੜਾ ਪਿਆਰ ਕਰਦੇ ਨੇ ਅਤੇ ਸਾਨੂੰ ਪਤਾ ਵੀ ਨਹੀਂ ਚੱਲਿਆ ਕਿ ਠੀਕ ਨਹੀਂ ਹਨ। ਆਪਣੀ ਮਾੜੀ ਮੋਟੀ ਪ੍ਰੋਬਲਮ ਹੋਵੇ ਤਾਂ ਆਪਾਂ ਕਈ ਵਾਰ ਅਸੀਂ ਪ੍ਰੋਗਰਾਮ ਵੀ ਛੱਡ ਦਿੰਦੇ ਕਿ ਮੈਂ ਠੀਕ ਨਹੀਂ ਹੈਗਾ, ਅਤੇ ਕਈ ਵਾਰ ਸਾਨੂੰ ਕੋਈ ਹੋਵੇ ਜ਼ਰੂਰੀ ਕੰਮ ਤਾਂ ਫਿਰ ਹੀ ਕਹਿ ਦਿੰਦੇ ਹਾਂ। ਪਰ ਇਸ ਤਰ੍ਹਾਂ ਵੇਖੋ ਵੀ ਇਹਨਾਂ ਦੀ ਕਿੰਨੀ ਸੇਵਾ ਹੈ। ਮੈਨੂੰ ਪਤਾ ਅੱਜ ਲੱਗਾ ਕਿ ਇਹ ਸਰੀਰ ਕਰਕੇ ਬਹੁਤ ਜ਼ਿਆਦਾ ਢਿੱਲੇ ਨੇ, ਅਤੇ ਹੁਣ ਆਪਾਂ ਜੀ ਆਪਣਾ ਕੀ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਸੇਵਾਦਾਰਾਂ ਦੀ ਅਰਦਾਸ ਵੀ ਕਰਨੀ ਕਿ ਮਹਾਰਾਜ ਜੀ ਤੁਸੀਂ ਆਪ ਕਿਰਪਾ ਕਰੋ, ਤੁਸੀਂ ਕਿਰਪਾ ਕਰਕੇ ਇਹਨਾਂ ਦੇ ਸਿਰ 'ਤੇ ਹੱਥ ਰੱਖੋ ਤਾਂ ਕਿ ਸਾਨੂੰ ਹੋਰ ਵਧੀਆ ਪ੍ਰੋਗਰਾਮ ਉਲੀਕ ਕੇ ਸਾਨੂੰ ਤੁਹਾਡੇ ਚਰਨਾਂ ਨਾਲ ਜੋੜਦੇ ਰਹਿਣ। ਆਓ, ਇੱਕ ਸ਼ਬਦ ਦੀ ਸੇਵਾ ਹੈ, ਸ਼ਬਦ 'ਤੇ ਆਪ ਜੀ ਨੇ ਬਹੁਤ ਕਹੇ ਨੇ ਪਰ ਟਾਈਮ ਤੋਂ ਅੱਗੇ ਜਾਣਾ ਮੇਰਾ ਮਨ ਨਹੀਂ ਹੁੰਦਾ। ਇਹ ਭਾਈ ਭੁਪਿੰਦਰ ਸਿੰਘ ਜੀ ਨੂੰ ਪਤਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਟਾਈਮ ਵਿੱਚ ਰਹਿ ਕੇ ਸਮਾਪਤੀ ਕਰਾਂ, ਪਰ ਹੋ ਸਕਦਾ ਇੱਕ ਦੋ ਮਿੰਟ ਉੱਪਰ ਹੋ ਜਾਣ। ਇੱਕ ਸ਼ਬਦ ਦੀ ਸੇਵਾ ਇਹਨਾਂ ਗੁਰਸਿੱਖ ਵੀਰਾਂ ਵਾਸਤੇ, ਵੀਰ ਜੀ ਸੋਨੂੰ ਵਾਸਤੇ ਜੋ ਮਹਾਰਾਜ ਜੀ ਨੂੰ ਤੰਦਰੁਸਤੀ ਬਖਸ਼ਣ ਅਤੇ ਤੁਹਾਡੇ ਨਾਲ ਹੋਰ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਦੇ ਰਹਿਣ। ਆਓ, ਇੱਕ ਸ਼ਬਦ ਦੀ ਸੇਵਾ। ਸਭ ਰੋਗ ਮਿਟਾਵੇ ਨਵਾਂ ਨਿਰੋਗ, ਸਭ ਰੋਗ ਮਿਟਾਵੇ ਨਵਾਂ ਨਿਰੋਗ, ਨਾਨਕ ਰੱਖਾ ਆਪੀ ਹੁਆ, ਨਾਨਕ ਰੱਖਾ ਆਪੀ ਹੁਆ, ਸਭ ਰੋਗ ਮਿਟਾਵੇ ਨਵਾਂ ਨਿਰੋਗ, ਸਭ ਰੋਗ ਸਮਰਾਟ ਅਪਾਰ।
ਭਗਤੀ ਲਾਵੋ ਦਾਸ ਆਪਣੇ ਕੋ ਭਗਤੀ ਲਾਵੋ ਦਾਸ ਆਪਣੇ ਕੋ ਭਗਤੀ ਲਾਵੋ ਦਾਸ ਆਪਣੇ ਕੋ ਭਗਤੀ ਲਾਵੋ ਹਰ ਚਰਨ ਸਰਣ ਗੋਬਿੰਦ ਦੁਖ ਬੰਦਨਾ ਹਰ ਚਰਨ ਸਰਣ ਗੋਬਿੰਦ ਦੁਖ ਬੰਦਨਾ ਦਾਸ ਆਪਣੇ ਕੋ ਨਾਮ ਦੇਵੋ ਦਾਸ ਆਪਣੇ ਕੋ ਨਾਮ ਦੇਵੋ ਵਾਹਿਗੁਰੂ ਦਾਸ ਆਪਣੇ ਕੋ ਨਾਮ ਦੇਵੋ ਸਤਿਕਾਰਯੋਗ ਸਤਸੰਗਤ ਜੀਓ ਬਹੁਤ ਪਿਆਰ ਸਤਿਕਾਰ ਸਹਿਤ ਆਪ ਜੀ ਜੁੜ ਰਹੇ ਹੋ ਬਹੁਤ ਬਹੁਤ ਧੰਨਵਾਦ ਗੁਰੂ ਕੇ ਪਿਆਰੇ ਕੀਰਤਨੀਏ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿਨ੍ਹਾਂ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਦੇ ਦੁਆਰਾ ਆਪ ਜੀ ਨੂੰ ਗੁਰਚਰਨਾਂ ਨਾਲ ਜੋੜਨਾ ਕੀਤਾ ਹੈ ਸਤਸੰਗਤ ਜੋ ਗੁਰੂ ਕੀ ਬਾਣੀ ਦੇ ਸ਼ਬਦ ਗਾਏ ਜਾ ਰਹੇ ਬਹੁਤ ਅੱਜ ਦੇ ਸਮੇਂ ਨੂੰ ਔਰ ਜੋ ਸਾਡੇ ਮਨ ਦੀਆਂ ਭਾਵਨਾਵਾਂ ਹਨ ਇਸ ਸਮੇਂ 'ਤੇ ਔਰ ਜਿਹੜਾ ਮਹਾਰਾਜ ਦਾ ਬਾਣੀ ਦਾ ਸ਼ਬਦ ਗਾਉਂਦੇ ਨਾ ਆਪਾਂ ਸਾਰਾ ਬੱਚਿਆਂ ਦੇ ਜਨਮ ਦਿਨ 'ਤੇ ਵੀ ਆਪ ਗਾਈਦਾ ਜੰਮਿਆ ਪੂਤ ਭਗਤ ਗੋਬਿੰਦ ਕਾ ਲਿਖਿਆ ਸਭ ਮੈਂ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਔਰ ਇਹ ਗੁਰੂ ਕੀ ਬਾਣੀ ਦੇ ਸ਼ਬਦ ਸਾਡੇ ਅੱਜ ਦੇ ਸਮੇਂ ਦੀ ਔਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਜਨਮ ਦਿਵਸੇ ਖਾਸ ਕਰਕੇ ਸਮੇਂ ਦੀ ਤਰਜਮਾਨੀ ਕਰ ਰਹੇ ਹਨ ਸਤਸੰਗਤ ਜਿਵੇਂ ਆਪ ਜੀ ਪਰਿਵਾਰਾਂ ਨਾਲ ਪਹੁੰਚ ਰਹੇ ਹੋ ਬੜੀ ਖੁਸ਼ੀ ਹੁੰਦੀ ਹੈ ਕੋਈ ਸਮਾਂ ਸੀ ਜਦੋਂ ਸੰਗਤ ਦੇ ਅੰਦਰ ਕੇਵਲ ਗੁਰੂ ਘਰ ਦੇ ਵਿੱਚ ਸਮਾਗਮਾਂ ਦੇ ਅੰਦਰ ਵੱਡੀ ਉਮਰ ਵਾਲੇ ਹੀ
ਜਾਣ ਵਾਲੇ ਰਹਿ ਜਾਂਦੇ ਸਨ ਸੰਗਤ ਵਿੱਚ। ਪਰ ਅੱਜ ਗੁਰਾਂ ਦੀ ਐਸੀ ਖੇਡ ਵਰਤ ਰਹੀ ਹੈ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦਾ ਐਸਾ ਇਹ ਕੌਤਕ ਇਹ ਕਲਾ ਵਰਤ ਰਹੀ ਹੈ ਕਿ ਬਹੁਤ ਸਾਰੇ ਬੱਚੇ ਵੀ ਨੌਜਵਾਨ ਵੀ ਗੁਰਕੀ ਸੰਗਤ ਦੇ ਵਿੱਚ ਚੱਲ ਕੇ ਆਉਂਦੇ ਹਨ, ਸਮਾਗਮ ਦੇ ਵਿੱਚ ਸ਼ਿਰਕਤ ਕਰਦੇ ਨੇ। ਔਰ ਜੋ ਗੁਰਬਾਣੀ ਦੀਆਂ ਵਿਚਾਰਾਂ ਹਨ ਗੁਰੂ ਕੇ ਪੰਥ ਦੇ ਵਿਦਵਾਨਾਂ ਦੇ ਦੁਆਰਾ, ਰਾਗੀ ਸਿੰਘਾਂ ਦੇ ਦੁਆਰਾ ਸਰਵਣ ਕਰਦੇ ਨੇ। ਅੱਜ ਦੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਵਾਸਤੇ, ਲਾਹਾ ਲੈਣ ਵਾਸਤੇ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਚੈਨਲ ਜੋ ਸਮਰਪਿਤ ਹੋ ਕੇ ਭਾਵਨਾ ਨਾਲ ਚੱਲ ਰਹੇ ਹਨ, ਫੇਸਬੁੱਕ ਦੇ ਉੱਤੇ PTC ਸਿਮਰਨ ਦੇ ਚੈਨਲ ਦੇ ਉੱਤੇ ਚੱਲ ਰਿਹਾ ਹੈ, ਫੇਸਬੁੱਕ ਪੇਜ ਦੇ ਉੱਤੇ ਅਕਾਲ ਚੈਨਲ, ਸੰਗਤ ਚੈਨਲ ਅਮਰੀਕਾ ਕੈਨੇਡਾ ਦੇ ਵਿੱਚ, ਯੂਰਪ ਵਿੱਚ, ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਸਿੱਧੇ ਪ੍ਰਸਾਰਣ ਕਰ ਰਿਹਾ ਹੈ। ਬੜੀ ਤਨਦੇਹੀ ਨਾਲ ਸੇਵਾ ਜਤਿੰਦਰ ਸਿੰਘ ਜੀ, ਲਾਡੀ ਵੀਰ ਜੀ ਨਿਭਾ ਰਹੇ ਹਨ। ਔਰ ਹਰ ਜਸ ਰਿਕਾਰਡ ਵਾਲੇ ਹਰ ਵਾਰ ਦੀ ਤਰ੍ਹਾਂ ਯੂਥ, ਸਿੱਖ ਯੂਥ ਆਫ ਪੰਜਾਬ ਔਰ ਸਫਰੇ ਸ਼ਹਾਦਤ ਕਾਫਲਾ ਵਾਲੇ ਇਹ ਵੀਰ ਜੋ ਹਨ, ਬੜੀ ਤਨਦੇਹੀ ਦੇ ਨਾਲ ਸਮੁੱਚੀ ਟੀਮ ਜਿਹੜੀ ਹੈ ਜਿੱਥੇ ਮੀਡੀਆ ਦੇ ਦੁਆਰਾ ਸੇਵਾ ਕਰ ਰਹੀ ਹੈ, ਦੇਸ਼ਾਂ ਪ੍ਰਦੇਸ਼ਾਂ ਵਿੱਚ ਸਮਾਗਮਾਂ ਨੂੰ ਪਹੁੰਚਾ ਰਹੀ ਹੈ, ਉੱਥੇ ਨਾਲ ਦੀ ਨਾਲ ਹੱਥੀਂ ਆ ਕੇ ਵੀ ਇੱਥੇ ਸੇਵਾ ਕਰ ਰਹੇ ਹਨ। ਸਮਾਗਮ ਦੇ ਸ਼ੁਰੂ ਹੋਣ ਤੋਂ ਸੁਬਾਹ ਹੀ ਆ ਗਏ ਔਰ ਸਮਾਗਮ ਸਮਾਪਤੀ ਹੋ ਕੇ ਸਾਰਾ ਸਮੇਟ ਕੇ ਫਿਰ ਜਾਣਾ। ਤਾਂ ਇਹ ਇਹਨਾਂ ਦੀ ਭਾਵਨਾ ਹੈ, ਸੇਵਾ ਹੈ, ਸਾਹਿਬਜ਼ਾਦਿਆਂ ਦੇ ਪ੍ਰਤੀ, ਗੁਰੂ ਘਰ ਦੇ ਪ੍ਰਤੀ ਸ਼ਰਤ ਸਮਰਪਣਾ ਹੈ ਕੌਮ ਦੇ ਪ੍ਰਤੀ। ਆਓ ਬੜੇ ਪਿਆਰ ਸਤਿਕਾਰ ਦੇ ਸਹਿਤ ਕੁਛ ਸਮਾਂ ਕਥਾ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਹਜ਼ੂਰੀ ਕਥਾਵਾਚਕ ਸਾਹਿਬ ਭਾਈ ਸਾਹਿਬ ਭਾਈ ਗੁਰਬਾਜ ਸਿੰਘ ਜੀ, ਆਪ ਜੀ ਅੱਜ ਦੇ ਸਮੇਂ ਦੇ ਉੱਤੇ ਬਾਬਾ ਜੁਝਾਰ ਸਿੰਘ ਦੇ ਉਹਨਾਂ ਦੇ ਜੀਵਨ ਉੱਤੇ, ਉਹਨਾਂ ਦੀ ਕਰਨੀ, ਉਹਨਾਂ ਦੀ ਕਮਾਈ ਅਤੇ ਸਾਨੂੰ ਸਾਡੇ ਬੱਚਿਆਂ ਨੂੰ ਅੱਜ ਦੇ ਸਮਾਗਮ ਤੋਂ ਕੀ ਸੇਧ ਲੈਣੀ ਹੈ, ਬਾਬਾ ਜੁਝਾਰ ਸਿੰਘ ਦੇ ਜੀਵਨ ਤੋਂ ਉਹਨਾਂ ਤੋਂ ਕਿਵੇਂ ਅਸੀਂ ਚਾਨਣਾ ਲੈਣਾ, ਆਪ ਆਪਣੇ ਬੱਚਿਆਂ ਦੀ ਕਿਵੇਂ ਪਾਲਣਾ ਕਰਨੀ ਹੈ, ਇਹ 15 ਕੁ ਮਿੰਟਾਂ ਦੇ ਸਮੇਂ ਦੇ ਵਾਸਤੇ ਭਾਈ ਸਾਹਿਬ ਭਾਈ ਗੁਰਬਾਜ ਸਿੰਘ ਜੀ ਆਪ ਜੀ ਨੂੰ ਸੰਬੋਧਿਤ ਹੋਣਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਨਾਨਕ ਕੋ
कुल उधार है अपना, दरगाह पावे मान, वलिए कुल आलम तखत चवर शतर दे मालक, धन धन सतगुरु श्री गुरु ग्रंथ साहिब दातार पिता जी, तिना दी मुकद्दस बारगाह दे अंदर सुभाए मान गुरु रूप गुरु प्यारे गुरु सवारे खालसा जी साहब जी नू सीस चुका करसा जी साहब जी नू सीस चुका करके बुलंद आवाज विच आखो जी वाहे गुरु जी का खालसा वाहे गुरु जी की फतेह। जम्मिया पूत भगत गोबिंद का प्रगटिया सब मह लिखिया तुरका, सरबंस दानी श्री गुरु गोबिंद सिंह पातशाह महाराज जिया दे वीर सपुत्र धन धन साहबजादा बाबा जुझार सिंह साहब जी दे पावन प्रकाश पुरब दिया आप सरबत संगता नू लख लख वधाइयां होन। जिस धरती ते आप जुड़ करके बैठे हो दुनिया दे महान कवि अला यार खां जोगी जी इस धरती दे बाबत लिखदे ने, दुनिया दे बहुत सारे इस तरह दे तीर्थ सन जिथे वड़े वड़े अवतार वड़े वड़े पैगंबर लोक तियां पुत्र मंगन वास्ते जाया करदे सन, लेकिन ये ओ मुकद्दस तीर्थ है जिथे गुरु गोबिंद सिंह पातशाह महाराज जी पुत्र मंगन वास्ते नहीं पुत्र कुर्बान करन वास्ते आए सन। बस एक ही हिंद में तीर्थ है यात्रा के लिए, कटाए बाप ने बच्चे जहां खुदा के लिए, एओ धरती है जिथे गुरु गोबिंद सिंह पातशाह महाराज पुत्र मंगन वास्ते नहीं पुत्र कुर्बान करन वास्ते आए सन। आओ जिनके पुरब मनाते हो उनको जान भी लो, जिनके पुरब मनाते हो उनकी मान भी लो। साहबजादा बाबा जुझार सिंह साहब जी का पावन प्रकाश सन 1690 ईस्वी माता जीतो जी दे उधर तो आनंदा दी पुरी श्री आनंदपुर साहब जी की धरती ते होया। बचपन दे विचों गुरसिखी दी गुरमत दी गुड़ती विच दात मिली बख्शिश मिली सी, छोटी उम्र तो गुरबाणी दे नाल जुड़ गए, शस्त्र विद्या घोड़ सुखारी का अभ्यास किया, समा अपनी रफ्तार ते चलदा गया ते वक्त ओ आया जदों श्री गुरु गोबिंद सिंह पातशाह महाराज जी ने आनंदपुर साहब जी की धरती नूं अलविदा आख दिता, शरीर करके उस धरती नूं छड़ दिता। पिछे दिवस निकल के गया,
ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਬਖਸ਼ ਸਿੰਘ ਉਦਾਸੀ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਹੋ ਅਤੇ ਕਦੇ ਫਿਰ ਵੀ ਵਾਪਸ ਇਸ ਧਰਤੀ 'ਤੇ ਪਰਤੋਂਗੇ? ਹਜ਼ੂਰ ਨੇ ਇੱਕ ਬਚਨ ਕੀਤਾ ਸੀ, ਗੁਰਬਖਸ਼ ਸਿੰਘ ਮੈਂ ਤੇ ਸਰੀਰ ਕਰਕੇ ਭਾਵੇਂ ਨਾ ਆਵਾਂ ਪਰ ਮੇਰਾ ਖਾਲਸਾ ਰਹਿੰਦੀ ਦੁਨੀਆ ਤੱਕ ਅਨੰਦਪੁਰ ਆਏਗਾ। ਅਨੰਦਪੁਰ ਸਾਹਿਬ ਨੂੰ ਛੱਡਿਆ, ਸਰਸਾ ਦੇ ਕੰਢੇ 'ਤੇ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਂ ਗੁਜਰ ਕੌਰ ਜੀ ਇੱਕ ਪਾਸੇ, ਗੁਰੂ ਕੇ ਮਹਿਲ ਇੱਕ ਪਾਸੇ ਅਤੇ ਕਲਗੀ ਵਾਲੇ ਪਾਤਸ਼ਾਹ ਅਤੇ ਦੋ ਵੱਡੇ ਲਖ ਦੇ ਜ਼ਿਗਰ ਸਰਸਾ ਨੂੰ ਪਾਰ ਕਰਕੇ ਅਤੇ ਚਮਕੌਰ ਸਾਹਿਬ ਦੀ ਧਰਤੀ ਵੱਲ ਵੱਧ ਰਹੇ ਸਨ। ਭਾਈ ਦਇਆ ਸਿੰਘ ਸਾਹਿਬ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਭਾਈ ਦਇਆ ਸਿੰਘ ਸਾਹਿਬ ਨੇ ਵੇਖਿਆ ਕਿ ਮਹਾਰਾਜ ਦੇ ਦੋ ਛੋਟੇ ਸਾਹਿਬਜ਼ਾਦੇ ਜਿਹੜੇ ਨਜ਼ਰ ਨਹੀਂ ਆ ਰਹੇ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਰਾਬਰ ਘੋੜਾ ਕਰਕੇ ਅਤੇ ਬੜੀ ਨਿਮਰਤਾ ਨਾਲ ਗੰਭੀਰਤਾ ਨਾਲ ਆਖਣ ਲੱਗਾ, ਸੱਚੇ ਪਾਤਸ਼ਾਹ ਮਹਾਰਾਜ ਕਹਿਣ ਨੂੰ ਦਿਲ ਤਾਂ ਨਹੀਂ ਕਰ ਰਿਹਾ ਪਰ ਇਹ ਹੈ ਸੱਚਾਈ ਕਿ ਤੁਹਾਡੇ ਬਹੁਤ ਸਾਰੇ ਸਿੱਖ ਜਿਹੜੇ ਉਹ ਸਰਸਾ ਦੀ ਭੇਟਾ ਹੋ ਗਏ। ਮਹਾਰਾਜ ਕਹਿਣ ਲੱਗਿਆ, ਕਲੇਜਾ ਪਾਟ ਰਿਹਾ ਵੀ ਤੁਹਾਡੇ ਦੋ ਸਾਹਿਬਜ਼ਾਦੇ ਜਿਹੜੇ ਉਹ ਵੀ ਨਜ਼ਰ ਨਹੀਂ ਆ ਰਹੇ ਅਤੇ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਪਿੱਛੇ ਜਾ ਕੇ ਅਤੇ ਸਾਹਿਬਜ਼ਾਦਿਆਂ ਨੂੰ ਵੇਖ ਕੇ ਕੋ ਖਬਰਸਾਰ ਲੈ ਕੇ ਆਵਾਂ। ਦੋ ਵੱਡੇ ਸਾਹਿਬਜ਼ਾਦੇ ਨਾਲ ਜਾ ਰਹੇ ਸਨ ਅਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਮਿੱਠਾ ਜਿਹਾ ਮੁਸਕਰਾ ਕੇ ਆਖਣ ਲੱਗੇ, ਭਾਈ ਦਇਆ ਸਿੰਘ ਜੀ ਜਿਹੜੇ ਦੋ ਪਿੱਛੇ ਰਹਿ ਗਏ ਉਹਨਾਂ ਦੀ ਗੱਲ 'ਤੇ ਕੀ ਕਰਦੇ ਹੋ? ਆ ਜਿਹੜੇ ਦੋ ਨਾਲ ਵੀ ਤੁਰੇ ਜਾ ਰਹੇ ਨਾ, ਪਤਾ ਨਹੀਂ ਕੱਲ੍ਹ ਸ਼ਾਮਾਂ ਢਲਦੀਆਂ ਤੱਕ ਇਹ ਵੀ ਨਾਲ ਰਹਿਣੇ ਆ ਕਿ ਨਾਲ ਨਹੀਂ ਰਹਿਣੇ? ਆਖਣ ਲੱਗੇ, ਜਿਹੜੇ ਨਾਲ ਜਾ ਰਹੇ ਵੀ ਪਤਾ ਨਹੀਂ ਵੀ ਕੱਲ੍ਹ ਸ਼ਾਮਾਂ ਪੈਂਦੀਆਂ ਤੱਕ ਨਾਲ ਰਹਿਣੇ ਕਿ ਨਹੀਂ ਰਹਿਣੇ? ਦਿਨ ਢਲਿਆ ਅਤੇ ਚਮਕੌਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਪਹੁੰਚੇ। ਗੁਰੂ ਕੇ ਸਿੱਖਾਂ ਨੇ ਗੁਰੂ ਨਾਲ ਮਿਲ ਕੇ ਰਹਿਰਾਸ ਦਾ ਜਾਪ ਕੀਤਾ। ਗੁਰੂ ਕੇ ਸਿੱਖ ਜ਼ਮੀਨ ਦੇ ਉੱਤੇ ਖੁੱਲ੍ਹੇ ਅਸਮਾਨ ਦੇ ਹੇਠ ਆਰਾਮ ਕਰ ਰਹੇ ਸਨ। ਅੱਲਾ ਯਾਰ ਖਾਂ ਜੋਗੀ ਜੀ ਲਿਖਦੇ, ਕੁਝ ਲੇਟ ਗਏ ਖਾਕ ਪੇ ਜ਼ੀ ਪੋਸ਼ ਵਿਛਾ ਕਰ, ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਾਬਾਸ਼ ਹੋਏ ਖਹਿਮਾ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਥੇ ਗਰਦਨ ਕੋ ਝੁਕਾ ਕਰ, ਤੇ ਮੁੱਖ ਵਿੱਚੋਂ ਸ਼ਬਦ ਕੀ ਨਿਕਲ ਰਹੇ, ਚਾਰੇ ਪਾਸੇ ਸੁੰਨਸਾਨ ਬਿਲਕੁਲ ਸ਼ਾਂਤੀ, ਕੇਵਲ ਇੱਕੋ ਹੀ ਆਵਾਜ਼ ਆ ਰਹੀ ਸੀ, ਵਾਹਿਗੁਰੂ ਵਾਹਿਗੁਰੂ। ਇਹ ਆਵਾਜ਼ ਕਿਹਦੀ ਸੀ? ਅੱਲਾ ਯਾਰ ਖਾਂ ਜੋਗੀ ਆਖਣ ਲੱਗੇ, ਹੈ ਤੂੰ ਹੀ ਤੂੰ, ਤੂੰ ਹੀ ਤੂੰ ਯੇ ਮੂੰਹ ਸੇ ਨਿਕਲਤਾ, ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇ, ਖਹਿਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਐ ਖੁਦਾਵੰਦ ਮੈਂ ਖੁਸ਼ ਹੂੰ ਤੇਰੀ ਰਜ਼ਾ ਮੇ, ਥੇ ਚਾਰ ਪਰ ਅਬ ਦੋ ਹੀ ਹੈ, ਵਾਹਿਗੁਰੂ ਮੈਨੂੰ ਚਾਰ ਪੁੱਤ ਬਖਸ਼ੇ ਸੀ ਅਤੇ ਦੋ ਸਰਸਾ ਦੇ ਕੰਢੇ ਵਿਛੜ ਗਏ, ਅੱਜ ਮੇਰੇ ਕੋਲ ਦੋ ਹੀ ਨੇ, ਥੇ ਚਾਰ ਪਰ ਅਬ ਦੋ ਹੀ ਹੈ, ਕੱਲ ਯੇ ਵੀ ਨਹੀਂ ਹੋਂਗੇ, ਵਾਹਿਗੁਰੂ ਮੈਂ ਤੇਰਾ ਸ਼ੁਕਰ ਕਰੂੰਗਾ ਜਬ ਯੇ ਵੀ ਨਹੀਂ ਹੋਂਗੇ। ਅੱਠ ਪੋਹ ਦੇ ਖੂਨੀ ਸੂਰਜ ਦੀਆਂ ਕਿਰਨਾਂ ਨਿਕਲੀਆਂ, ਕਮਸਾਨ ਦਾ ਜੰਗ ਮੱਚਿਆ, ਬਾਬਾ ਅਜੀਤ ਸਿੰਘ ਸਾਹਿਬ ਜੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਨਾ।
ਬਾਬਾ ਜੁਝਾਰ ਸਿੰਘ ਸਾਹਿਬ ਸਤਿਗੁਰੂ ਦੇ ਸਨਮੁਖ ਆ ਕੇ ਤੇ ਬੇਨਤੀ ਕਰਨ ਲੱਗੇ, ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਹਰੇਕ ਪਿਤਾ ਦੇ ਮਨ ਦੀ ਕੋਈ ਨਾ ਕੋਈ ਖਾਹਿਸ਼, ਕੋਈ ਨਾ ਕੋਈ ਤਮੰਨਾ ਹੁੰਦੀ ਕਿ ਮੇਰੇ ਪੁੱਤਰ ਜਦੋਂ ਜਵਾਨ ਹੋਣਗੇ ਤੇ ਮੇਰੇ ਪੁੱਤਰ ਮੇਰੇ ਨਾਲ ਹੱਲ ਪੰਜਾਲੀ 'ਚ ਸਾਥ ਦੇਣਗੇ, ਮੈਂ ਆਪਣੇ ਪੁੱਤਰਾਂ ਦੀਆਂ ਜੰਝਾਂ ਚੜ੍ਹਾਂਗਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਤੁਹਾਡੇ ਚਾਰ ਪੁੱਤਰ ਸਨ, ਦੋ ਸਰਸਾ 'ਤੇ ਵਿਛੜ ਗਏ, ਇੱਕ ਤੁਹਾਡੀ ਅੱਖ ਸਾਹਮਣੇ ਸ਼ਹੀਦ ਹੋ ਗਿਆ ਅਤੇ ਇੱਕੋ ਹੀ ਰਹਿ ਗਿਆ, ਤੁਹਾਡੇ ਮਨ ਵਿੱਚ ਕੋਈ ਖਾਹਿਸ਼ ਕੋਈ ਤਮੰਨਾ ਹੋਵੇ? ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਖਣ ਲੱਗੇ, ਬੇਟਾ ਇੱਕ ਖਾਹਿਸ਼ ਹੈ ਜੇ ਤੂੰ ਪੂਰੀ ਕਰ ਸਕੇ। ਕਲਗੀ ਵਾਲੇ ਪਾਤਸ਼ਾਹ ਆਖਣ ਕੀ ਲੱਗੇ, ਖਾਹਿਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ, ਇਸ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਬੇਟਾ ਮੇਰੀ ਤਮੰਨਾ ਇਹ ਹੈ ਜਿੱਥੇ ਮੇਰਾ ਵੱਡਾ ਪੁੱਤਰ ਅਜੀਤ ਸਿੰਘ ਲੜਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰ ਗਿਆ ਨਾ, ਮਨ ਦੀ ਤਮੰਨਾ ਇਹ ਹੈ ਤੂੰ ਛੋਟਾ ਪੁੱਤਰ ਉਹਦੇ ਤੋਂ ਵੀ 10 ਕਦਮ ਅਗਾਂਹ ਵੱਧ ਕੇ ਜਾਮੇ, ਸ਼ਹਾਦਤ ਪ੍ਰਾਪਤ ਕਰੇ। ਇਹ ਮਨ ਦੀ ਤਮੰਨਾ ਹੈ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜਦੋਂ ਤੁਰਨ ਲੱਗੇ ਨਾ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਥਾਪੜਾ ਦੇ ਕੇ ਆਖਿਆ, ਜੁਝਾਰ ਸਿੰਘ ਜੰਗ ਵਿੱਚ ਤਾਂ ਜਾਣਾ ਹੀ ਪੈਣਾ ਸੀ, ਪਰ ਜੇ ਆਵਾਜ਼ ਮਾਰ ਕੇ ਬੁਲਾਉਂਦਾ ਤਾਂ ਇਤਿਹਾਸ ਕੁਝ ਹੋਰ ਬੰਨਾ ਸੀ, ਤੁਸੀਂ ਆਪ ਉੱਠ ਕੇ ਆਏ ਹੋ ਅਤੇ ਇਸ ਗੱਲ ਦਾ ਇਹ ਪ੍ਰਤੀਤ ਦਿੱਤਾ, ਇਸ ਗੱਲ ਦਾ ਤੁਸੀਂ ਉਦਾਹਰਣ ਦੇ ਚੱਲੇ ਹੋ। ਜੁਝਾਰ ਸਿੰਘ ਜੀ, ਅੱਜ ਪੰਥ 'ਤੇ ਭੀੜ ਪਈ ਅਤੇ ਤੁਸੀਂ ਆਪ ਮੈਦਾਨੇ ਜੰਗ ਵਿੱਚ ਚੱਲੇ ਹੋ, ਕੱਲ੍ਹ ਨੂੰ ਕਦੇ ਮੇਰੇ ਪੰਥ ਦੇ ਉੱਤੇ ਭੀੜ ਪਵੇ, ਮੇਰੇ ਪੰਥ ਦੇ ਉੱਤੇ ਬਿਪਤਾ ਪਵੇ, ਤੇਰੇ ਤੋਂ ਸਿੱਖਿਆ ਲੈ ਕੇ ਹਜ਼ਾਰਾਂ ਨੌਜਵਾਨੀਆਂ ਆਪਣੇ ਆਪ ਮੈਦਾਨ ਵਿੱਚ ਆਇਆ ਕਰਨਗੀਆਂ। ਗੁਰੂ ਕੇ ਸਿੱਖੋ, ਅੱਜ ਸਿੱਖ ਨੂੰ ਬਹੁਤ ਵੱਡਾ ਘੇਰਾ ਪਿਆ। ਜਿਵੇਂ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ 'ਚੋਂ ਨਿਕਲਣ ਲੱਗੇ ਤੇ ਰੰਗੜਾਂ ਦਾ ਘੇਰਾ, ਪਠਾਣਾਂ ਦਾ ਘੇਰਾ, ਗੁੱਜਰਾਂ ਦਾ ਘੇਰਾ, ਮਲੇਰਕੋਟਲੇ ਵਾਲੇ ਨਵਾਬਾਂ ਦਾ ਘੇਰਾ ਸੀ ਨਾ, ਅੱਜ ਸਿੱਖ ਨੂੰ ਬਹੁਤ ਵੱਡਾ ਘੇਰਾ ਪੈ ਗਿਆ। ਸਿੱਖ ਨੂੰ ਘੇਰਾ ਪਿਆ ਦੇਹ ਧਾਰੀ ਗੁਰੂ ਡੰਮ ਦਾ, ਸਿੱਖ ਨੂੰ ਘੇਰਾ ਪੈ ਗਿਆ ਸਤੀਆਂ ਦਾ, ਸਿੱਖ ਨੂੰ ਘੇਰਾ ਪੈ ਗਿਆ ਜਠੇਰਿਆਂ ਦਾ, ਸਿੱਖ ਨੂੰ ਘੇਰਾ ਪੈ ਗਿਆ ਹੋਰ ਪੁੱਛਣਾ ਗਿੱਛਣਾ ਦੇਣ ਵਾਲਿਆਂ ਦਾ। ਉਹ ਗੁਰੂ ਕੇ ਸਿੱਖੋ, ਇਸ ਅਸਥਾਨ 'ਤੇ ਆਏ ਹੋ ਨਾ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਿਓ, ਸਤਿਗੁਰੂ ਜਿਵੇਂ ਤੁਸੀਂ ਬਾਬਾ ਜੁਝਾਰ ਸਿੰਘ ਸਾਹਿਬ ਨੂੰ ਥਾਪੜਾ ਦਿੱਤਾ ਅਤੇ ਉਹ ਸਾਰੇ ਘੇਰੇ ਤੋੜ ਕੇ ਤੁਹਾਡੇ ਚਰਨਾਂ 'ਚ ਪਹੁੰਚੇ ਸਨ ਨਾ, ਕਲਗੀਧਰ ਪਾਤਸ਼ਾਹ ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰੋ, ਅਸੀਂ ਅਗਿਆਨਤਾ ਦੇ ਸਾਰੇ ਘੇਰੇ ਤੋੜ ਕੇ ਅਤੇ ਮਹਾਰਾਜ ਤੁਹਾਡੇ ਚਰਨਾਂ ਦੇ ਨਾਲ ਲੱਗ ਸਕੀਏ। ਜਿਹੜਾ ਖਾਲਸਾ ਸੀ ਨਾ, ਤੂੰ ਨਹੀਂ ਕਿਸੇ ਮੈਦਾਨ ਵਿੱਚ ਢਹਿਣ ਵਾਲਾ, ਪਰ ਤੈਨੂੰ ਢਾ ਲਿਆ ਸਾਧਾਂ ਪਖੰਡੀਆਂ ਨੇ। ਜਿਹੜਾ ਗੁਰੂ ਕਾ ਸਿੱਖ, ਗੁਰੂ ਕਾ ਖਾਲਸਾ ਸੀ ਨਾ, ਉਹਦੀ ਅੱਜ ਦਸ਼ਾ ਕੀ ਬਣ ਗਈ? ਤੂੰ ਨਹੀਂ ਸੀ ਕਿਸੇ ਮੈਦਾਨ ਵਿੱਚ ਢਹਿਣ ਵਾਲਾ, ਤੈਨੂੰ ਢਾ ਲਿਆ ਸਾਧਾਂ ਪਖੰਡੀਆਂ ਨੇ। ਤੇਰੇ ਧਰਮ ਵਿੱਚੋਂ ਲੱਖਾਂ ਧਰਮ ਬਣ ਗਏ, ਪਾਈਆਂ ਅਕਲ ਦੇ ਨਾਲ ਤੇਰੀਆਂ ਵੰਡੀਆਂ ਨੇ। ਹੁਣ ਵੀ ਸਮਾਂ ਹੈ, ਸੰਭਲ ਜਾ ਸੂਰ ਵੀਰਾ, ਕਿਤੇ ਜਾਏ ਅਜਾ ਖੂਨ ਅਜਾਏ ਨਾ ਡੁੱਲ ਤੇਰਾ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰੂ ਜਿਹੜਾ ਥਾਪੜਾ ਤੁਸੀਂ ਬਾਬਾ ਜੁਝਾਰ ਸਿੰਘ ਸਾਹਿਬ ਨੂੰ ਦਿੱਤਾ ਸੀ, ਉਹੀ ਥਾਪੜਾ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰੋ, ਅਸੀਂ ਅਗਿਆਨਤਾ ਦੇ ਘੇਰੇ ਤੋੜ ਕੇ
ਅਸੀਂ ਮਨਮਤ ਦੇ ਘੇਰੇ ਤੋੜ ਕੇ ਤੇ ਤੁਹਾਡੇ ਚਰਨਾਂ ਦੇ ਨਾਲ ਲੱਗ ਸਕੀਏ। ਸਰਬੱਤ ਸੰਗਤਾਂ ਨੂੰ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਬੇਸ਼ੱਕ ਮੇਰਾ ਸਮਾਂ ਹਲੇ ਰਹਿੰਦਾ ਪਰ ਵਕਤ ਵਿਚਾਰੇ ਸੋ ਬੰਦਾ ਹੋਏ। ਬਹੁਤ ਸਤਿਕਾਰਯੋਗ ਕੀਰਤਨੀ ਸਿੰਘ ਪਹੁੰਚ ਚੁੱਕੇ ਜੀਓ ਆਇਆਂ ਨੂੰ ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਗੁਰੂ ਕੇ ਕਥਾ ਵਾਚਕ ਭਾਈ ਸਾਹਿਬ ਭਾਈ ਗੁਰਬਾਜ ਸਿੰਘ ਜੀ, ਜਿਨ੍ਹਾਂ ਨੇ ਬੜੇ ਸੀਮਤ ਸਮੇਂ ਦੇ ਵਿੱਚ ਵੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਅਤੇ ਉਹਨਾਂ ਦੀ ਸ਼ਹਾਦਤ ਅਤੇ ਨਾਲ ਦੀ ਨਾਲ ਜੋ ਅੱਜ ਦੇ ਸਮੇਂ ਵਿੱਚ ਸਾਡੇ ਵਾਸਤੇ ਵੰਗਾਰ ਹੈ, ਸਤ ਸੰਗਤ ਕਦੇ ਸੋਚ ਕੇ ਵੇਖੋ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤਾਂ ਚਲੋ ਜਵਾਨ ਸਨ 18 ਸਾਲ ਦੇ, ਬਾਬਾ ਜੁਝਾਰ ਸਿੰਘ ਜੀ ਤਾਂ 14 ਸਾਲ ਦੇ ਸਨ। 14 ਸਾਲ ਦੇ ਬੱਚੇ ਨੂੰ ਬੱਚਾ ਹੀ ਕਹਿ ਦਿੰਦੇ ਹਾਂ ਆਪਾਂ ਤਾਂ, ਲੇਕਿਨ ਜੰਗ ਦੇ ਮੈਦਾਨ ਵਿੱਚ ਵੱਡਿਆਂ ਦੇ ਬਰਾਬਰ ਉਹ ਐਸੇ ਵੱਡੇ ਖੱਬੀ ਖਾਨ ਜਿਹੜੇ ਕਿੰਨੇ ਕਿੰਨੇ ਯੁੱਧ ਲੜ ਚੁੱਕੇ ਚੇ ਪੁਸ਼ਤੈਨੀ ਤੌਰ 'ਤੇ ਜਿਹੜੇ ਸਿਪਾਹੀ ਪੂਣਾ ਕਰਦੇ ਉਹਨਾਂ ਦੇ ਨਾਲ ਜਾ ਕਰਕੇ ਬਾਬਾ ਜੀ ਨੇ ਯੁੱਧ ਮਚਾਇਆ, ਜੂਝੇ ਉਹਨਾਂ ਦੇ ਨਾਲ। ਅਸੀਂ ਸੋਚੀਏ ਕਦੀ 14 ਸਾਲ ਦੇ ਬੱਚਿਆਂ ਦੇ ਪਿੱਛੇ ਪਿੱਛੇ ਸਾਨੂੰ ਰੋਟੀ ਦੀਆਂ ਬੁਰਕੀਆਂ ਲੈ ਕੇ ਫਿਰਨਾ ਪੈਂਦਾ, ਫਿਰਦੇ ਹਾਂ ਨਾ ਜੀ। 20-20 ਸਾਲ ਦੇ ਬੱਚੇ ਵੀ ਹੋਣ ਅਤੇ ਉਹ ਪੂਰੀ ਘਰ ਦੀ ਕੰਮ ਕਾਰ ਦੀ ਆਪਣੇ ਜ਼ਿੰਮੇਵਾਰੀ ਨਹੀਂ ਸੰਭਾਲ ਸਕਦੇ। ਇਹ ਸਾਧ ਸੰਗਤ ਅੱਜ ਦੇ ਸਮੇਂ ਵਿੱਚ ਸਾਨੂੰ ਆਪਣੇ ਘਰਾਂ ਦੇ ਅੰਦਰ, ਪਰਿਵਾਰਾਂ ਦੇ ਅੰਦਰ ਬੱਚਿਆਂ ਦੇ ਨਾਲ ਬੈਠ ਕਰਕੇ ਬਹੁਤ ਵਿਚਾਰਨ ਦੀ ਲੋੜ ਹੈ ਕਿ ਕਿੱਥੇ ਕਮੀ ਕਿੱਥੇ ਹੈ। ਅਸੀਂ ਜ਼ਿਆਦਾ ਮੋਹ ਵਾਲੇ ਹੋ ਗਏ ਹਾਂ ਕਿ ਸਾਡੇ ਵਿੱਚ ਮਮਤਾ ਜ਼ਿਆਦਾ ਭਾਰੂ ਹੋ ਗਈ ਹੈ, ਸ਼ਾਇਦ ਇਸ ਕਰਕੇ ਅਸੀਂ ਆਪਣੇ ਬੱਚਿਆਂ ਤੋਂ ਆਸਾਂ ਬਹੁਤੀਆਂ ਲਾ ਲਈਆਂ, ਜਾਂ ਮਾਇਆ ਦੀ ਦੌੜ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਪਾ ਦਿੱਤਾ, ਜਾਂ ਇਹ ਸੋਚਣ ਲੱਗ ਗਏ ਕਿ ਬੱਚੇ ਜਿੰਨਾ ਪੈਸਾ ਕਮਾਉਣ, ਪੈਸੇ ਕਮਾਉਣ ਦੀਆਂ ਮਸ਼ੀਨਾਂ ਬਣ ਜਾਣ। ਇਹੋ ਹੀ ਮੁੱਦਾ ਹੁੰਦਾ ਕਿ ਬਹੁਤਾ ਪੜ੍ਹੋ, ਬਹੁਤੇ ਨੰਬਰ ਲਵੋ, ਵੱਡੀਆਂ ਨੌਕਰੀਆਂ, ਵੱਡੇ ਦੇਸ਼ਾਂ ਵਿੱਚ ਜ਼ਿਆਦੀ ਜ਼ਿਆਦੀ ਕਮਾਈ ਕਰੋ, ਵੱਡੀਆਂ ਵੱਡੀਆਂ ਕੋਠੀਆਂ, ਵੱਡੀਆਂ ਵੱਡੀਆਂ ਗੱਡੀਆਂ। ਇਹ ਸੋਚ ਹੈ, ਇਹ ਨਿਸ਼ਾਨੇ ਨੇ ਸਾਡੇ ਬੱਚਿਆਂ ਦੇ, ਨੌਜਵਾਨਾਂ ਦੇ। ਪਰ ਸਾਹਿਬ ਜੀ ਦਾ, ਸਾਹਿਬਜ਼ਾਦਿਆਂ ਦਾ, ਉਹਨਾਂ ਦਾ ਕੀ ਨਿਸ਼ਾਨਾ ਹੈ? ਤੋ ਇਹ ਸਾਨੂੰ ਅੱਜ ਪਰਖਣ ਦੀ ਲੋੜ ਹੈ। ਜਿਵੇਂ ਭਾਈ ਗੁਰਬਾਜ ਸਿੰਘ ਜੀ ਨੇ ਕਿਹਾ, ਉਹ ਦੁਸ਼ਮਣਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਜੂਝੇ, ਲੇਕਿਨ ਅੱਜ ਜਿਹੜਾ ਜੰਗ ਦਾ ਮੈਦਾਨ ਹੈ ਉਹ ਵਹਿਮਾਂ ਨਾਲ, ਪਖੰਡਾਂ ਨਾਲ, ਡੇਰੇਵਾਦ ਦੇ ਨਾਲ, ਹੋਰ ਬਹੁਤ ਤਰ੍ਹਾਂ ਦੇ ਨਾਲ ਕੌਮ ਨੂੰ ਕਈ ਦਰਪੇਸ਼ ਚੁਣੌਤੀਆਂ ਦੇ ਨਾਲ ਇਹ ਜੰਗ ਦਾ ਮੈਦਾਨ ਸਜਿਆ, ਜਿਹਦੇ ਵਿੱਚ ਅਸੀਂ ਅਤੇ ਸਾਡੇ ਬੱਚਿਆਂ ਨੇ 2-4 ਹੋਣਾ ਹੈ ਅਤੇ ਕੌਮ ਦੇ ਵਾਸਤੇ ਚੜ੍ਹਦੀ ਕਲਾ ਅੱਗੇ ਪੈਦਾ ਕਰਨੀ ਹੈ। ਬਹੁਤ ਸੋਚ ਵਿਚਾਰ ਦੀ ਲੋੜ ਹੈ, ਲੇਕਿਨ ਜਦੋਂ ਗੁਰੂ ਆਸ਼ੇ ਨਾਲ ਚੱਲਾਂਗੇ, ਗੁਰਬਾਣੀ ਨਾਲ ਜੀਵਨ ਬਸਰ ਕਰਾਂਗੇ, ਬਾਣੀ ਬਾਣੀ ਦੇ ਨਾਲ ਜੁੜਾਂਗੇ, ਬੱਚਿਆਂ ਨੂੰ ਜੋੜਾਂਗੇ, ਅਤੇ ਇਹ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਜਾਏਗਾ। ਬਹੁਤ ਪਿਆਰ ਵਾਲੇ ਕੀਰਤਨੀ ਸਜੇ ਨੇ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ। ਬਹੁਤ ਬੁਲੰਦ ਆਵਾਜ਼ ਹੈ, ਮਿੱਠੀ ਰਸਨਾ ਹੈ, ਬਾਣੀ ਬੜੀ ਬੇਅੰਤ ਯਾਦ ਹੈ, ਪਿਆਰ ਦੇ ਨਾਲ ਬਹੁਤ ਅੰਦਰੋਂ ਭਿੱਜ ਕੇ ਕੀਰਤਨ ਕਰਦੇ ਹਨ। ਬੜੇ ਪਿਆਰ ਸਤਿਕਾਰ ਸਹਿਤ 1 ਘੰਟੇ ਦੀ ਹਾਜ਼ਰੀ 10:15 ਤੱਕ ਆਪਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਸ੍ਰੀ ਵਾਹਿ
ਜੀ ਆਪ ਲੀਏ ਲੜ ਲਾਏ ਦਰ ਦਰਵੇਸੇ ਆਪ ਲੀਏ ਲੜ ਲਾਏ ਦਰ ਦਰਵੇਸੇ ਤਿੰਨ ਤਨ ਜਣੇ ਦੀ ਮਾਂ ਆਏ ਸਫਲ ਸੇ ਤਿੰਨ ਤਨ ਜਣੇ ਦੀ ਮਾਂ ਤਿੰਨ ਤਨ ਜਣੇ ਦੀ ਮਾਂ
ਵਾਹਿਗੁਰੂ ਜਮਿਆ ਪੂਤ ਭਗਤ ਗੋਬਿੰਦ ਗੋਬਿੰਦ
ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਦਸੀ ਮਾਸੀ ਹੁਕਮ ਵਾਹਿਗੁਰੂ ਜੀ ਬਾਲਕ ਜਨਮ ਲਿਆ, ਜੀ ਮਿੱਠਿਆ ਸੋਗ ਮਹਾ ਸਤ
ਜਿਉਂ ਬਾਲਕ ਥਾਲ ਪਰ ਕਰੇ ਵਾਹਿਗੁਰੂ ਜੀ
ਧਨ ਸੋ ਅੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਧਨ ਸੋ ਮਾਤਾ ਜਿਨ ਜਨ ਜਣੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਓ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਿਰਾਸ ਆਇਆ ਮੇਰਾ ਹਰ ਹਰ ਜਿਨ ਸਾਸ ਗਿਰਾਸ ਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ ਧਨ ਸੋ ਵੰਸ ਧਨ ਸੋ ਪਿਤਾ ਹੋ ਜਿਨ ਹਰ ਨਾਮ ਸੁਣਿਆ
खान पीना इन हम स्नेहे नित चरणे इन हम स्नेहे नित चरणे जिन सांस गिलास आया मेरा हर हर ओ जिन सांस गिलास आया मेरा हर हर से साची दर पे हर जन बने तन सो वंश तन सो पिता तन सो माता जग जीवन हर जाए तरने जग जीवन हर अनेक असंख नाम हर तेरे ना जाई जेवा इत गणने ना जाई जेवा इत गणने ओ जिन सांस गिलास आया मेरा हर हर जिन सांस
ਤੇਰੇ
ਵਿੱਚ ਭਗਤਾਂ ਆਹ
जन जने माता जिन जन जने जो तेरे रंग रहते स्वामी जो तेरे रंग रहते स्वामी वैगुरु जी रंग रहते स्वामी
ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਧ ਨਾ ਜਾਣਾ
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜੋ ਤੇਰੇ ਰੰਗ ਰਾਤੇ ਸਵਾਮੀ, ਰੰਗ ਰਾਤੇ ਸਵਾਮੀ, ਰੰਗ ਰਾਤੇ ਸਵਾਮੀ, ਇਨਕਾ ਜਨਮ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾਸਾ, ਜਿਹਦੇ ਉਹਦੇ ਰੰਗ ਦੇ ਵਿੱਚ ਰੰਗੇ ਗਏ ਨੱਸਦਾ ਉਹਨਾਂ ਦਾ ਹੈ। ਪਹਿਲਾਂ ਵੀ ਸ਼ਬਦ ਗਾਇਆ ਨਾ ਬੀਬੀ ਰਵਿੰਦਰ ਕੌਰ ਜੀ ਨੇ, ਜਿਨਕੇ ਜੋੜੇ ਰੱਤੜੇ ਪਿਆਰੇ ਜਿਹੜੇ ਰੰਗੇ ਗਏ। ਸਤ ਸੰਗਤ, ਵਿਸਾਖੀ ਦਾ ਪੁਰਬ ਖਾਲਸਾ ਸਾਜਨਾ ਦਿਵਸ ਵੀ ਨਜ਼ਦੀਕ ਹੀ ਆ ਰਿਹਾ। ਜਿਹੜੇ ਗੁਰੂ ਵਾਲੇ ਨਹੀਂ ਬਣੇ, ਰਹਿਤ ਬਹਿਤ ਦੇ ਧਾਰਨੀ ਨਹੀਂ ਹੋਏ, ਪੰਜ ਕਕਾਰੀ ਰਹਿਤ ਨਹੀਂ ਧਾਰੀ ਜਿਹਨਾਂ ਨੇ ਅਜੇ, ਉਹ ਗੁਰੂ ਵਾਲੇ ਜ਼ਰੂਰ ਬਣੋ। ਅੰਮ੍ਰਿਤ ਛਕੋ, ਸਿੰਘ ਸਜੋ। ਸਾਡਾ ਦਸ਼ਮੇਸ਼ ਪਿਤਾ ਮਹਾਰਾਜ ਦੇ ਕੋਲ ਨਾਮ ਉਦੋਂ ਹੀ ਦਰਜ ਹੋਣਾ, ਇਹ ਸਕੂਲ ਵਿੱਚ ਦਾਖਲਾ ਲੈਣਾ ਅਤੇ ਅੰਮ੍ਰਿਤ ਛਕਣਾ। ਬਹੁਤ ਹੀ ਰਸ ਪਿੰਡਾ ਕੀਰਤਨ ਗਾਇਨ, ਬਹੁਤ ਮਿੱਠੀ ਰਸਨਾ, ਅਤੇ ਉੱਦਾਂ ਹੀ ਭਿੱਜ ਕੇ ਬੜੇ ਵੱਜਤ ਦੇ ਨਾਲ ਕੀਰਤਨ ਗਾਇਨ ਕੀਤਾ ਹੈ ਗੁਰੂ ਕੇ ਪਿਆਰ ਵਾਲੇ ਕੀਰਤਨੀ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਨੇ। ਪ੍ਰਸਾਦ ਸੰਗਤ, ਅੱਜ ਚਾਹੇ ਛੁੱਟੀ ਵਾਲਾ ਦਿਨ ਨਹੀਂ ਸੀ, ਕੱਲ੍ਹ ਨੂੰ ਵੀ ਛੁੱਟੀ ਵਾਲਾ ਦਿਨ ਨਹੀਂ ਹੈ, ਸੰਗਤਾਂ ਨੇ ਫਿਰ ਵੀ ਬਾਬਾ ਜੀ ਦੇ ਦਿਹਾੜੇ ਦੇ ਉੱਤੇ ਭਰਪੂਰ ਹਾਜ਼ਰੀਆਂ ਲਵਾਈਆਂ, ਦੂਰੋਂ ਦੂਰੋਂ ਆ ਕੇ ਹਾਜ਼ਰੀਆਂ ਭਰਨੀਆਂ ਹਨ। ਅੱਜ ਦੇ ਦਿਹਾੜੇ ਦੇ ਉੱਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਜਨਮ ਦਿਵਸ ਦੇ ਉੱਤੇ ਅਜੇ ਤੱਕ ਸੰਗਤਾਂ ਦਾ ਉਸੇ ਤਰ੍ਹਾਂ ਆਉਣਾ ਬਦਸਤੂਰ ਜਾਰੀ ਹੈ, ਔਰ ਜਿੰਨੀਆਂ ਕੁ ਸੰਗਤਾਂ ਮੇਰੇ ਖਿਆਲ ਦੀਵਾਨ ਹਾਲ ਦੇ ਅੰਦਰ ਹਨ, ਉਦੋਂ ਜ਼ਿਆਦਾ ਬਾਹਰ ਵੀ ਹਨ। ਤੋ ਜ਼ਿਆਦਾ ਲਾਹਾ ਆਪਾਂ ਜਿਹੜੀ ਮਨ ਦੀ ਖੁਰਾਕ ਦਾ ਲੈਣਾ, ਸਰੀਰ ਦੀ ਖੁਰਾਕ, ਭੋਜਨ ਲੰਗਰ ਪ੍ਰਸ਼ਾਦਾ ਵੀ ਜ਼ਰੂਰੀ, ਪਹਿਲਾਂ ਪੰਗਤ ਫਿਰ ਸੰਗਤ,
ਉਸ ਤੋਂ ਬਾਅਦ ਜ਼ਰੂਰੀ ਹੈ। ਤੋ ਸੰਗਤ ਵਿੱਚ ਵੀ ਵੱਧ ਤੋਂ ਵੱਧ ਲਾਹਾ ਲੈ ਕੇ ਆਪਾਂ ਰੂਹ ਦੀ ਖੁਰਾਕ, ਆਤਮਾ ਦੀ ਖੁਰਾਕ, ਰੂਹਾਨੀ ਕੀਰਤਨ ਦੇ ਨਾਲ ਜੁੜਨਾ ਕਰੀਏ। ਬਹੁਤ ਹੀ ਜਿੱਥੇ ਆਪ ਸੰਗਤਾਂ ਪਹੁੰਚ ਰਹੇ ਹੋ ਉੱਥੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਸੰਗਤ ਦੇ ਵਿੱਚ ਹਾਜ਼ਰੀ ਭਰ ਰਹੀਆਂ ਹਨ। ਬਾਬਾ ਅਨਹਦਰਾਜ ਸਿੰਘ ਜੀ ਸਮਰਾਲਾ ਚੌਂਕ ਲੁਧਿਆਣੇ ਵਾਲੇ ਨਾਨਕਸਰ ਸੰਪਰਦਾ ਤੋਂ ਹਾਜ਼ਰੀ ਲਵਾ ਕੇ ਗਏ ਨੇ। ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਉੱਤੇ ਵੀ ਆਏ ਸਨ, ਹਰ ਵਾਰ ਹਾਜ਼ਰੀ ਲਵਾਉਂਦੇ ਹਨ। ਭਾਈ ਪਰਮਜੀਤ ਸਿੰਘ ਜੀ ਲੱਖੇਵਾਲ ਅਤੇ ਭਾਈ ਅਜਮੇਰ ਸਿੰਘ ਜੀ ਖੇੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ ਸਫਰੇ ਸ਼ਹਾਦਤ ਕਾਫਲਾ ਵਿੱਚ ਵੀ ਇਹਨਾਂ ਸਮਾਗਮਾਂ ਦੇ ਅੰਦਰ ਵੀ ਸਾਹਿਬਜ਼ਾਦਿਆਂ ਦੇ ਦਿਹਾੜਿਆਂ ਦੇ ਉੱਤੇ ਹਾਜ਼ਰੀਆਂ ਬਹੁਤ ਚਾਓ ਦੇ ਨਾਲ ਬੜੀ ਸ਼ਰਧਾ ਭਾਵਨਾ ਸਹਿਤ ਲਗਾਉਂਦੇ ਨੇ। ਜ਼ਿੰਮੇਵਾਰੀਆਂ ਵੀ ਬਹੁਤ ਨਿਭਾਉਂਦੇ ਹਨ। ਜੋ ਜ਼ਿੰਮੇਵਾਰੀਆਂ ਇੱਕ ਧਾਰਮਿਕ ਅਹੁਦੇਦਾਰ ਹੋਣ ਦੇ ਕਰਕੇ ਬਣਦੀਆਂ, ਸੇਵਾਦਾਰ ਹੋਣ ਕਰਕੇ ਉਹ ਨਿਭਾਉਂਦੇ ਹਨ। ਡਾਕਟਰ ਚਰਨਜੀਤ ਸਿੰਘ ਜੀ ਚਮਕੌਰ ਸਾਹਿਬ ਹਲਕੇ ਦੇ ਵਿਧਾਇਕ ਨੇ, ਉਹ ਵੀ ਆਏ ਹਨ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਸਾਧ ਸੰਗਤ ਜੀ ਅੱਜ ਦੇ ਦੀਵਾਨ ਦੀ ਇਹ ਆਖਰੀ ਹਾਜ਼ਰੀ ਉਹ ਸ਼ੁਰੂ ਹੋਣ ਜਾ ਰਹੀ ਹੈ, ਸਮਾਪਤੀ ਵੱਲ ਨੂੰ ਦੀਵਾਨ ਵਧਣ ਜਾ ਰਿਹਾ ਹੈ ਔਰ ਸਮਾਪਤੀ ਕਰਨ ਜਾ ਰਹੇ ਨੇ। ਗੁਰੂ ਪੰਥ ਦੇ, ਗੁਰੂ ਗ੍ਰੰਥ ਦੇ ਪੰਥ ਨੂੰ ਸਮਰਪਿਤ ਕੌਮ ਦੇ ਮਹਾਨ ਕੀਰਤਨੀਏ ਕੀਰਤਨੀਏ ਔਰ ਨਿਧੜਕ ਕੀਰਤਨੀਏ, ਜਿਹੜੇ ਬੇਧੜਕ ਹੋ ਕੇ ਬਿਨਾਂ ਕਿਸੇ ਦੇ ਮੁਥਾਜ ਹੋ ਕੇ, ਬੇਮੁਥਾਜ ਹੋ ਕਰਕੇ ਸਾਹਮਣੇ ਜੋ ਗੱਲ ਕਹਿ ਦਿੰਦੇ ਨੇ, ਜੋ ਗਲਤ ਗੱਲ ਹੈ ਜੇ ਲੱਗਦੀ ਹੈ ਤੇ ਕਹਿ ਦਿੰਦੇ ਨੇ, ਇਹ ਜ਼ਿੰਮੇਵਾਰ ਕੀਰਤਨੀਆਂ ਵਾਲੀ, ਗੁਰੂ ਕੇ ਪ੍ਰਚਾਰਕਾਂ ਵਾਲੀ ਜੋ ਬਣਦੀ ਹੈ ਨਾ, ਉਹ ਨਿਭਾਉਂਦੇ ਨੇ। ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਬਹੁਤ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਪੰਥ ਦੀ ਸੇਵਾ ਕੀਰਤਨ ਦੇ ਦੁਆਰਾ ਦੇਸ਼ਾਂ ਪ੍ਰਦੇਸ਼ਾਂ ਵਿੱਚ ਨਿਭਾ ਰਹੇ ਨੇ। ਮਹਾਰਾਜ ਦੀ ਗੋਦ ਵਿੱਚ ਆਪਣੇ ਜਥੇ ਸਮੇਤ ਸੱਜ ਚੁੱਕੇ ਹਨ। ਸਮਾਪਤੀ ਤੱਕ 11 ਵਜੇ ਤੱਕ ਗੁਰੂ ਬਾਣੀ ਦੇ ਕੀਰਤਨ ਦੇ ਦੁਆਰਾ ਜੋੜਨਾ ਕਰਾਂਗੇ। ਔਰ ਸਾਧ ਸੰਗਤ ਜਿਵੇਂ ਆਪ ਜੀ ਨੇ ਪਹਿਲਾਂ ਲਾਹਾ ਲਿਆ, ਨਾਲ ਨਾਲ ਗਾਇਨ ਵੀ ਕਰਨਾ, ਵਾਹਿਗੁਰੂ ਦਾ ਜਾਪ ਜਪਣਾ, ਸ਼ਬਦ ਕੀਰਤਨ ਨਾਲ ਗਾਉਣਾ, ਤਾਂ ਕਿ ਅਸੀਂ ਸਾਡੀਆਂ ਵੀ ਹਾਜ਼ਰੀਆਂ ਲੱਗ ਜਾਣ, ਜਥਿਆਂ ਦੀਆਂ ਹਾਜ਼ਰੀਆਂ ਤਾਂ ਲੱਗਣੀਆਂ ਹੀ ਹਨ। ਆਓ ਬੜੇ ਪਿਆਰ ਸਤਿਕਾਰ ਸਰਵਣ ਕਰੀਏ ਜੀ। ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਹੇ ਵਾਹਿਗੁਰੂ ਜੀ, ਵਾਹਿਗੁਰੂ 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 ਵਾਹਿਗੁਰੂ
ਮਨ ਮੈਂ ਚਿਤਵਾਂ ਚਿਤਵਨੀ ਉਦਮ ਕਰਾਂ ਉੱਠਨੀ ਹਰ ਕੀਰਤਨ ਕਾਇਆ ਫਿਰੋ ਹਰ ਦੇਹੋ ਨਾਨਕ ਕੇ ਨੀ ਹਰ ਦੇਹੋ ਨਾਨਕ ਕੇ ਨੀ ਹਰ ਦੇਹੋ ਨਾਨਕ ਕੇ ਨੀ ਯਾਰ ਵੇ ਪ੍ਰੇਹ ਬੇ ਸਖੀਆਂ ਮੁੱਕ ਗਈ ਨਾਜ ਗਿਆ ਯਾਦ ਦੇ ਇੱਕ ਡੂੰ ਇੱਕ ਚੜੇ ਹਾਂ ਕਿਸ ਚਿਤੇ ਗਿਆ ਇੱਕ ਡੂੰਗ ਇੱਕ ਚਾੜੇ ਅਨਿਕ ਪਿਆ ਦੇ ਨਿਤ ਕਰਦੇ ਭੋਗ ਬਿਲਾਸਾ ਤਿਨਾਂ ਦੇ ਮਨ ਚਾਉ ਉੱਠਣ ਦਾ ਹਾਂ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਜਾਇਆ ਹਾਂ ਪਿੱਛਿਆ ਗਏ ਮਨ ਦੇ ਗਿਆ ਨਾਨਕ ਕਹਿ ਸੁਣ ਬਿਨੋ ਸੁਭਗਣ ਮੂੰਹ ਦੱਸ ਦਿਖਾ ਫਿਰ ਕੇ ਗਿਆ ਸਾਚੀ ਪ੍ਰੀਤ ਨ ਟੁੱਟੀ ਪਿਆਰੇ ਜੁਗ ਜੁਗ ਰਹੀ ਸਮਾਏ ਆਗੇ ਗੁਰੂ ਆਗੇ ਲਗੇ ਗੁਰੂ ਲਗੇ ਗੁਰੂ ਲਗੇ ਗੁਰੂ ਲਗੇ ਗੁਰੂ ਵਾਹਿ ਗੁਰੂ ਲਗੇ ਗੁਰੂ ਲਗੇ ਗੁਰੂ ਲਗੇ ਗੁਰੂ ਲਗੇ ਗੁਰੂ ਲਗੇ ਗੁਰੂ ਲਗੇ ਗੁਰੂ ਜੋ ਸੁਖ ਦਰਸ਼ਨ ਵੇਖਤੇ ਪਿਆਰੇ ਜੋ ਸੁਖ ਦਰਸ਼ਨ ਵੇਖਤੇ ਪਿਆਰੇ ਮੁਖ ਤੇ ਕਹਿਣ ਨ ਜਾਏ ਮੁਖ ਤੇ
ਕਹਿਣ ਨ ਜਾਵੇ ਸੱਚੀ ਪ੍ਰੀਤ ਨ ਟੁੱਟੀ ਪਿਆਰੇ ਜੁਗ ਜੁਗ ਰਹੀ ਸਵਾਈ ਵਾਹਿਗੁਰੂ 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 ਵਾਹਿਗੁਰੂ। ਪਿਆਰੇ ਉਹ ਜਿਹਦਾ ਮਨ ਨਹੀਂ ਕਰਦਾ ਨਾ ਉਹ ਵੀ ਆਖੋ ਵਾਹਿਗੁਰੂ। ਕਈ ਵਾਰੀ ਮਨ ਨਹੀਂ ਕਰਦਾ ਬੋਲਣ 'ਤੇ, ਬੋਲ ਕੇ ਵਿਖਾਇਓ ਜਿਹੜਾ, ਜਿਹੜੇ ਜਿਹੜੇ ਨਹੀਂ ਬੋਲਦੇ ਨਾ ਇੱਕ ਵਾਰੀ ਬੋਲ ਕੇ ਵੇਖੋ ਕਿੰਨਾ ਮਿੱਠਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੈਂ ਬੇਨਤੀ ਕਰਾਂ, ਬਹੁਤ ਵਾਰ ਸੰਗਤ ਬੜੀ ਹੈ ਭਲਿਓ, ਇੱਕ ਹੁੰਦੀ ਜੇ ਭੀੜ, ਇੱਕ ਹੁੰਦੀ ਜੇ ਸੰਗਤ। ਜੇ ਭੀੜ ਵਿੱਚ ਆਇਓ ਤਾਂ ਭੀੜ ਵਿੱਚ ਚਲੇ ਜਾਓ, ਇਹ ਭੀੜਾਂ ਪੈ ਜਾਣਗੀਆਂ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਆਖੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਬਾਹਰੋਂ ਬਾਹਰ ਆ ਕੇ ਬਾਰ ਬਾਰ ਭੀੜ ਵਿੱਚੋਂ ਭੀੜ ਲੈ ਗਏ, ਭੀੜਾਂ ਪੈ ਗਈਆਂ। ਜੇ ਕਿਤੇ ਅੰਦਰ ਆ ਕੇ ਟਿਕ ਕੇ ਬਹਿ ਗਏ, ਸੰਗਤ ਵਿੱਚ ਬਹਿ ਗਏ, ਤੇ ਦੁੱਖ ਕਲੇਸ਼ ਮਿਟਾ ਕੇ ਜਾਓ, ਸਾਹਿਬਜ਼ਾਦਿਆਂ ਦੀ ਅਸੀਸ ਲੈ ਕੇ ਜਾਓ। ਮੇਰੀ ਹੱਥ ਜੋੜ ਕੇ ਬੇਨਤੀ, ਜੇ ਇਕੱਠੇ ਹੋ ਕੇ ਵਾਹਿਗੁਰੂ ਕਹਿ ਲਵਾਂਗੇ ਨਾ, ਦੇਖੋ ਇੰਨੀ ਸੰਗਤ ਬੈਠੀ ਹੈ, ਇੱਕ ਵਾਰੀ ਵਾਹਿਗੁਰੂ ਬੋਲਿਆ ਨਾ, ਜਿੰਨੇ ਬੈਠੇ ਹੋ ਉਨੀ ਉਨੀ ਵਾਰੀ ਪੱਲੇ ਪੈ ਗਿਆ ਸਾਡੇ ਕਰਮਾਂ 'ਚ ਆ ਗਿਆ ਬਾਈ। ਆਖੋ ਵਾਹਿਗੁਰੂ, ਆਖੋ, ਦੇਖੋ ਕਿੰਨਾ ਕਿੰਨਾ ਸਵਾਦ ਆਉਂਦਾ ਜੇ ਵਾਹਿਗੁਰੂ 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 ਵਾਹਿਗੁਰੂ। ਇਹ ਸੱਚੀ ਪ੍ਰੀਤ ਨਾ ਟੁੱਟੀ ਪਿਆਰੇ, ਜੁਗ ਜੁਗ ਰਹੀ ਸਵਾਈ, ਜੋ ਸੁਖ ਦਰਸ਼ਨ ਵੇਖੇ ਤੇ ਪਿਆਰੇ। ਕਿਸੇ ਨੂੰ ਪੁੱਛਿਓ ਤੈਨੂੰ ਕੀ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ, ਕਿਸੇ ਪਿਆਰੇ ਨੂੰ ਪੁੱਛਿਓ ਜਿਹਦਾ ਇਸ਼ਕ ਹੋ ਚੁੱਕਾ ਹੋ, ਉਹ ਕਹੇਗਾ ਭਲਿਆ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ ਤੈਨੂੰ ਕੀ ਦੱਸਾਂ। ਮੇਰੇ ਅੰਦਰ ਅੱਗ ਬਲਦੀ ਸੀ, ਜਲਨ ਬੁਝੀ, ਸ਼ੀਤਲ ਹੋਏ ਮਨੁਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕੀਤੇ ਨੇ, ਮੇਰੀ ਅੱਗ ਮਿਟ ਗਈ। ਬੜਾ ਪਿਆਰਾ ਸ਼ਬਦ ਜੀ, ਜੇ ਇਕੱਠੇ ਹੋ ਕੇ ਗਾਵਾਂਗੇ ਨਾ ਪਹਿਲੀ ਤੁੱਕ ਦੇ ਵਿੱਚ ਤਾਂ ਸਾਰੇ ਗਾ ਹੀ ਦਿਓ। ਸੱਚੀ ਪ੍ਰੀਤ ਨਾ ਟੁੱਟੀ ਪਿਆਰੇ, ਜੁਗ ਜੁਗ ਰਹੀ ਸਮਾਏ, ਸੱਚੀ ਪ੍ਰੀਤ ਨਾ ਟੁੱਟੀ ਪਿਆਰੇ, ਜੁਗ ਜੁਗ ਰਹੀ ਸਮਾਏ, ਜੁਗ ਜੁਗ ਰਹੀ ਸਮਾਏ, ਸੱਚੀ ਪ੍ਰੀਤ ਨਾ ਟੁੱਟੀ ਪਿਆਰੇ, ਜੁਗ ਜੁਗ ਰਹੀ ਸਮਾਏ,
ਜੁਗ ਜੁਗ ਰੇਗੀ ਸਬਾਈ ਵਾਹਿਗੁਰੂ 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 ਤੇ ਜੋ ਸੁਖ ਦਰਸ਼ਨ ਵੇਖਤੇ ਪਿਆਰੇ ਜੋ ਸੁਖ ਦਰਸ਼ਨ ਵੇਖਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਮੁਖ ਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨ ਟੁੱਟੀ ਪਿਆਰੇ ਜੁਗ ਜੁਗ ਰਹੀ ਸਮਾਈ ਜੁਗ ਜੁਗ ਰਹੀ ਸਮਾਈ ਵਾਹਿਗੁਰੂ 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 ਜੋ ਸੁਖ ਦਰਸ਼ਨ ਵੇਖਤੇ ਪਿਆਰੇ ਜੋ ਸੁਖ ਦਰਸ਼ਨ ਵੇਖਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਮੁਖ ਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨਾ ਟੁੱਟੀ ਪਿਆਰੇ ਜੁਗ ਜੁਗ ਰਹੀ ਸਬਾਈ ਜੁਗ ਜੁਗ ਰਹੀ ਸਬਾਈ ਵਾਹਿਗੁਰੂ 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 ਜਨਮ ਮਰਨ ਦੁੱਖ ਕੱਟੀਏ ਪਿਆਰੇ ਜਬ ਬੇਟੇ ਹਰਿ ਜਾਏ ਜਨਮ ਮਰਨ ਦੁੱਖ ਕੱਟੀਏ ਪਿਆਰੇ ਜਬ ਬੇਟੇ ਸੁੰਦਰ ਸੁਗੜ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੀਵਨ
तरस दिखाए जो सुख दर्शन देखते प्यारे जो सुख दर्शन देखते प्यारे मुख ते कहन न जाए मुख ते कहन न जाए साची प्रीत न टूटी प्रीत न टूटी प्रीत न टूटी प्यारे जुग जुग रहेगी समाए जुग जुग रहेगी समाए प्यारे जिस तू मेरे सो
ਮਿਲੇ ਪਿਆਰੇ ਤਿਸ ਕੈ ਲਾਗੋ ਪਾਏ ਤਿਸ ਕੈ ਲਾਗੋ ਪਾਏ ਜਿਸ ਤੋਂ ਮਿਲੇ ਸੋ ਮਿਲੇ ਪਿਆਰੇ ਜਿਸ ਤੋਂ ਮਿਲੇ ਸੋ ਮਿਲੇ ਪਿਆਰੇ ਵਾਹਿਗੁਰੂ 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 ਜਿਸ ਤੋਂ ਮਿਲੇ ਸੋ ਮਿਲੇ ਪਿਆਰੇ ਜਿਸ ਤੋਂ ਮਿਲੇ ਸੋ ਮਿਲੇ ਪਿਆਰੇ ਤਿਸ ਕੈ ਲਾਗੋ ਪਾਏ ਤਿਸ ਕੈ ਲਾਗੋ ਪਾਏ ਤਿਸ ਕੈ ਲਾਗੋ ਪਾਏ ਤਿਸ ਕੈ ਲਾਗੋ ਪਾਏ ਜੋ ਸੁਖ ਦਰਸ਼ਨ ਵੇਖਦੇ ਪਿਆਰੇ ਜੋ ਸੁਖ ਦਰਸ਼ਨ ਵੇਖਦੇ ਪਿਆਰੇ ਮੁਕਤੇ ਕਹਿਣ ਨਾ ਜਾਏ ਮੁਕਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨਾ ਟੁੱਟੀ ਪਿਆਰੇ ਜੁਗ ਜੁਗ ਰਹੀ ਸਮਾਏ ਜੁਗ ਜੁਗ ਰਹੀ ਸਮਾਏ ਸਾਚੀ ਪ੍ਰੀਤ ਨਾ ਟੁੱਟੀ ਪਿਆਰੇ ਜੁਗ ਜੁਗ ਰਹੀ ਸਮਾਏ ਜੁਗ ਜੁਗ ਰਹੀ ਸਮਾਏ ਤੇਰੀ ਅੰਮ੍ਰਿਤ ਜਾਏ
ਵਾਲਾ ਪਿਆਰੇ ਤੇਰੀ ਅੰਮ੍ਰਿਤ ਜਾਏ ਨਾਨਕ ਰੰਗ ਦਿੱਤੇ ਨਾਰਾਇਣ ਪਿਆਰੇ ਮਾਤੇ ਸਹਿਜ ਸੁਭਾਏ ਮਾਤੇ ਸਹਿਜ ਸੁਭਾਏ ਜੋ ਸੁਖ ਦਰਸ਼ਨ ਵੇਖਦੇ ਪਿਆਰੇ ਜੋ ਸੁਖ ਦਰਸ਼ਨ ਵੇਖਦੇ ਪਿਆਰੇ ਮੁਖ ਤੇ ਕਹਿਣ ਨ ਜਾਏ ਮੁਖ ਤੇ ਕਹਿਣ ਨ ਜਾਏ ਸਾਚੀ ਪ੍ਰੀਤ ਨ ਟੁੱਟੇ ਪ੍ਰੀਤ ਨ ਟੁੱਟੇ ਪ੍ਰੀਤ ਨ ਟੁੱਟੇ ਪਿਆਰੇ ਜੁਗ ਜੁਗ ਰਹੀ ਸਮਾਏ ਜੁਗ ਜੁਗ ਰਹੀ ਸਮਾਏ ਆਖੂ ਪਾਖੂ 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 ਪਾਸ ਨੂੰ ਪਾਸ ਨੂੰ ਪਾਸ ਨੂੰ
Vaheguru, 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 मान सरोवर है गुर सरवर वडभागी पुरख लहन वडभागी पुरख लहन वडभागी पुरख लहन वडभागी पुरख लहन गुर सरवर मान सरोवर है गुर सरवर वाहगुरु 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 मान सरोवर है गुर सरवर मान सरोवर है गुर सरवर वडभागी पुरख लहन वडभागी पुरख लहन वडभागी 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 लहन वडभागी पुरख लहन गुर सरवर गुर सरवर मान सरोवर गुर सरवर सेवक गुरमुख खोजिया से हंस ले ले नाम लहन वडभागी पुरख लहन वडभागी पुरख लहन वडभागी पुरख लहन वडभागी पुरख लहन गुर सरवर मान सरोवर है गुर सरवर मान सरोवर है गुर सरवर Thank you.
Gur
ਗੁਰਮੁਖ ਹਰ ਗੁਰ ਨਾਮ ਜਪਣ ਗੁਰਮੁਖ ਹਰ ਗੁਰ ਨਾਮ ਜਪਣ ਹਾਉ ਤਿਨ ਕੈ ਬਲਿਹਾਰ ਹਾਉ ਤਿਨ ਕੈ ਬਲਿਹਾਰ ਮਨ ਹਰ ਗੁਣ ਸਦਾ ਦਬਣ ਮਨ ਹਰ ਗੁਣ ਸਦਾ ਰਵਣ ਵੱਡ ਭਾਗੀ ਪੁਰਖ ਲਵਣ ਵੱਡ ਭਾਗੀ ਪੁਰਖ ਲਵਣ ਵੱਡ ਭਾਗੀ ਪੁਰਖ ਲਵਣ ਵੱਡ ਭਾਗੀ ਪੁਰਖ ਲਵਣ ਗੁਰ ਸਰਵਰ ਮਾਨ ਸਰੋਵਰ ਗਏ ਗੁਰ ਸਰੋਵਰ ਮਾਨ ਸਰੋਵਰ ਗਏ ਗੁਰ ਸਰੋਵਰ ਵੱਡ ਭਾਗੀ ਪੁਰਖ ਲਗਣ ਵੱਡ ਭਾਗੀ ਪੁਰਖ ਲਗਣ ਵੱਡ ਸਰਵਰ ਮਾਨ ਸਰੋਵਰ ਗਏ ਗੁਰ ਸਰੋਵਰ ਵੱਡ ਭਾਗੀ ਪੁਰਖ ਲਹਣਾ
ਵਡਭਾਗੀ ਪੁਰਖ ਲਹਾਨਾ ਵਡਭਾਗੀ ਪੁਰਖ ਲਹਾਨਾ ਗੁਰ ਸਰਵਰ ਮਾਨ ਸਰੋਵਰ ਗੈ ਗੁਰ ਸਰਵਰ ਗੁਰ ਸਰਵਰ ਮਾਨ ਸਰੋਵਰ ਗੈ ਗੁਰ ਸਰਵਰ ਮਾਨ ਸਰੋਵਰ ਗੈ ਗੁਰ ਸਰਵਰ ਵਡਭਾਗੀ ਘਰ ਖੋਜਿਆ ਗੁਰ ਪਾਇਆ ਪਾਇਆ ਨਾਮ ਨਿਧਾਨ ਪਾਇਆ ਨਾਮ ਨਿਧਾਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਪਾਇਆ ਨਾਮ ਨਿਧਾਨ ਵਡਭਾਗੀ ਘਰ ਖੋਜਿਆ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਪਾਇਆ ਨਾਮ ਨਿਧਾਨ ਗੁਰਪੂਰੇ ਵੇਖਾ ਲਿਆ ਗੁਰਪੂਰੇ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ 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 ਹੈ ਸਭਨਾ ਕਾ ਪ੍ਰਭ ਏਕ ਹੈ ਦੂਜਾ
ਅਵਰ ਨ ਕੋਏ, ਦੂਜਾ ਅਵਰ ਨ ਕੋਏ, ਦੂਜਾ ਅਵਰ ਨ ਕੋਏ, ਦੂਜਾ ਅਵਰ ਨ ਕੋਏ, ਗੁਰ ਪ੍ਰਸਾਦੀ ਮਨ ਵਸੈ, ਗੁਰ ਪ੍ਰਸਾਦੀ ਮਨ ਵਸੈ, ਗੁਰ ਪ੍ਰਸਾਦੀ ਮਨ ਵਸੈ, ਗੁਰ ਪ੍ਰਸਾਦੀ ਮਨ ਵਸੈ, ਤਿਤ ਘਟ ਪ੍ਰਗਟ ਹੋਏ, ਤਿਤ ਘਟ ਪ੍ਰਗਟ ਹੋਏ, ਤਿਤ ਘਟ ਪ੍ਰਗਟ ਹੋਏ, ਤਿਤ ਘਟ ਪ੍ਰਗਟ ਹੋਏ, ਵੱਡ ਭਾਗੀ ਪੁਰਖ ਲਹਣਾ, ਵੱਡ ਭਾਗੀ ਪੁਰਖ ਲਹਣਾ, ਵੱਡ ਭਾਗੀ ਪੁਰਖ ਲਹਣਾ, ਵੱਡ ਭਾਗੀ ਪੁਰਖ ਲਹਣਾ, ਗੁਰ ਸਰਵਰ ਮਾਨ ਸਰੋਵਰ ਗੈ, ਗੁਰ ਸਰਵਰ ਸਰੋਵਰ ਗੈ, ਗੁਰ ਸਰੋਵਰ, ਵਾਹਿਗੁਰੂ 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 ਬਾਹਰੂ 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 ਬਾਹਰੂ
ਪਾਖਨੂੰ ਗੁਰ ਸਰਵਰ ਮਾਨਸ ਰੋਵਰ ਗੈ ਗੁਰ ਸਰਵਰ ਮਾਨਸ ਰੋਵਰ ਗੈ ਗੁਰ ਸਰਵਰ ਸਭ ਅੰਤਰ ਜਾਮੀ ਬ੍ਰਹਮ ਹੈ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਬ੍ਰਹਮ ਵਸੈ ਸਭ ਥਾਏ ਮਨ ਦਾ ਕਿਸਨੋ ਆਖੀਏ ਮਨ ਦਾ ਕਿਸਨੂੰ ਆਖੀਏ ਸ਼ਬਦ ਵੇਖੋ ਲਿਬਲਾਏ ਸ਼ਬਦ ਵੇਖੋ ਲਿਬਲਾਏ ਬੁਰਾ ਭਲਾ ਟਿੱਚਰ ਆਖਦਾ ਬੁਰਾ ਭਲਾ ਟਿੱਚਰ ਆਖਦਾ ਜਿੱਚਰ ਕਹਿ ਤੂੰ ਹੋ ਮਾਗੀ ਜਿੱਚਰ ਕਹਿ ਤੂੰ ਮਾਹੀ ਗੁਰਮੁਖ ਏਕੋ ਪੁੱਛਿਆ ਗੁਰਮੁਖ ਏਕੋ ਪੁੱਛਿਆ ਇੱਕ ਸਮਾਗੇ ਸਮਾਏ ਇੱਕ ਸਮਾਗੇ ਸਮਾਏ ਇੱਕ ਸਮਾਗੇ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ ਜੋ ਪ੍ਰਭ ਪਾਏ ਥਾਏ ਜੋ ਪ੍ਰਭ ਪਾਏ ਥਾਏ ਜੋ ਪ੍ਰਭ ਪਾਏ ਥਾਏ ਜਨ ਨਾਨਕ ਘਰ ਆਰਾਧਿਆ ਜਨ ਨਾਨਕ ਗਜ ਆਰਾਧਿਆ ਗੁਰ ਚਰਣੀ ਚਿਤ ਲਾਏ ਜਨ ਨਾਨਕ ਗਜ ਆਰਾਧਿਆ ਗੁਰ ਚਰਣੀ ਚਿਤ ਲਾਏ ਵਾਹਿਗੁਰੂ 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 ਵਾਹਿਗੁਰੂ
Vahru, 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 ਇੱਕ ਦਿਲ ਨਹੀਂ ਵਿਸਰੇ ਪ੍ਰਾਣਿਆ ਧਰਾ ਇੱਕ ਦਿਲ ਨਹੀਂ ਵਿਸਰੇ ਪ੍ਰਾਣਿਆ ਧਰਾ ਪ੍ਰਾਣਿਆ ਧਰਾ ਪ੍ਰਾਣ ਜਪ ਜਪ ਨਾਨਕ ਜੀਵ ਤੇ 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 ਜਪ ਜਪ ਨਾਨਕ ਜੀ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਇੱਕ ਦਿਲ ਨਹੀਂ ਵਿਸਰੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਵਾਹਿਗੁਰੂ 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 ਜਪ ਜਪ ਨਾਨਕ ਜੀ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਇੱਕ ਦਿਲ ਨਹੀਂ ਵਿਸਰੇ ਪ੍ਰਣ ਅਖਰਾ ਇੱਕ ਦਿਲ ਨਹੀਂ ਵਿਸਰੇ ਪ੍ਰਣ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜ
ਜਬ ਜਬ ਨਾਨਕ ਜੀਵਤੇ ਸੁੰਦਰ ਸਵਾਮੀ ਤਾਂ ਭਗਤੈ ਵਿਸਰਾਮ ਸੁੰਦਰ ਸਵਾਮੀ ਤਾ ਭਗਤੈ ਵਿਸਰਾਮ ਆਸਾ ਲਗ ਜੀਵ ਤੇ ਜੀਉ 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 ਮਨ ਤਨੇ ਗਲਤਾ ਸਿਮਰਤ ਪ੍ਰਭ ਨਾਮ 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 ਹਰੇ ਅੰਮ੍ਰਿਤ ਪੀਵ ਤੇ ਜੀਉ 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 ਵਾਹਿਗੁਰੂ 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 ਹਰੇ ਅੰਮ੍ਰਿਤ ਪੀਵ ਤੇ ਜੀਉ 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Pass through, ਹਰ ਅੰਮ੍ਰਿਤ ਪੀਵ ਤੇ ਜੀਓ, 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 ਅੰਮ੍ਰਿਤ ਪੀਵ ਤੇ, ਅੰਮ੍ਰਿਤ ਪੀਵ ਤੇ, ਅੰਮ੍ਰਿਤ ਪੀਵ ਤੇ ਜੀਓ, ਜੀਓ ਅੰਮ੍ਰਿਤ ਪੀਵ ਤੇ, ਅੰਮ੍ਰਿਤ ਪੀਵ ਤੇ, ਅੰਮ੍ਰਿਤ ਪੀਵ ਤੇ ਜੀਓ, ਅੰਮ੍ਰਿਤ ਕਰ ਪੀਵ ਤੇ ਸਦਾ ਥਿਰ ਥੀਵ ਤੇ, 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 ਵਿਖੈ ਬੰਤੀ ਕਜਨਿਆ, ਵਿਖੈ ਬੰਤੀ ਕਜਨਿਆ, ਵਿਖੈ ਬੰਤੀ ਕਜਨਿਆ, ਵਿਖੈ ਬੰਤੀ ਕਜਨਿਆ, ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਭਏ ਕਿਰਪਾਲ ਗੋਪਾਲ ਪ੍ਰਭ ਸਾਧ ਸੰਗਤ ਨਿਧ ਮਾਨਿਆ, ਸਾਧ ਸੰਗਤ ਨਿਧ ਮਾਨਿਆ, ਸਾਧ ਸੰਗਤ ਨਿਧ ਮਾਨਿਆ,
ਸਾਧ ਸੰਗਤ ਨੇ ਦਵਾਨਿਆ ਜਪ ਜਪ ਨਾਨਕ ਜੀਵ ਤੇ 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 ਜਪ ਜਪ ਨਾਨਕ ਜੀ ਜਪ ਜਪ ਨਾਨਕ ਜੀ ਇੱਕ ਦਿਲ ਨਹੀਂ ਵਿਸਰੇ ਪ੍ਰਣ ਅਰਗਾ ਦਿਲ ਨਹੀਂ ਜਪ ਜਪ ਨਾਨਕ ਜੀ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜਪ ਜਪ ਨਾਨਕ ਜੀਵ ਤੇ 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 ਇੱਕ ਦਿਲ ਨਹੀਂ ਵਿਸਰੇ ਪ੍ਰਾਣ ਅਧਰਾ ਇੱਕ ਦਿਲ ਨਹੀਂ ਵਿਸਰੇ ਪ੍ਰਾਣ ਅਧਰਾ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਸਰਬ ਸੋ ਸੁਖ ਆਨੰਦ ਧੰਨ ਪਿਆਰੇ
ਹਰ ਰਤਨ ਮਨ ਅੰਤਰ ਸੀਵ ਤੇ, ਹਰ ਰਤਨ ਮਨ ਅੰਤਰ ਸੀਵ ਤੇ, ਹਰ ਰਤਨ ਮਨ ਅੰਤਰ ਸੀਵ ਤੇ, ਹਰ ਰਤਨ ਮਨ ਅੰਤਰ ਸੀਵ ਤੇ। ਬਾਹੂ ਬਾਹੂ ਕਰੈ ਸਹੀ ਜਨ ਸੁਗਣੇ,
ਬਾਹ ਬਾਹ ਕਰੈ ਸਹੀ ਜਨ ਸੋਗਣੇ ਤਿੰਨ ਕੋ ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜਣ ਆਈ ਬਾਹੋ ਬਾਹੋ ਕਰਤੀ ਰਸਨਾ ਸ਼ਬਦ ਸੁਣਾਈ ਹੈ ਬਾਹੋ ਬਾਹੋ ਕਰਤੀ ਸ਼ਬਦ ਸੁਣਾਈ ਹੈ ਪੂਰੇ ਸ਼ਬਦ ਪ੍ਰਭ ਮਿਲਿਆ ਸ਼ਬਦ ਸਭ ਮਿਲ ਆਈ ਵੱਡ ਭਾਗੀਆਂ ਬਾਹੋ ਬਾਹੋ ਕਢਾਈ ਵੱਡ ਭਾਗੀਆਂ ਬਾਹੋ ਬਾਹੋ ਕਢਾਈ ਵਾਹਗੁਰੂ ਵਾਹਗੁਰੂ ਨਾਨਕ ਦਰ ਸੱਚੈ ਸ਼ੋਭਾ ਪਾਈ ਨਾਨਕ ਦਰ ਸੱਚੈ ਸ਼ੋਭਾ ਪਾਈ ਤੈਨੂੰ ਕੋ ਪਰਜਾ ਪੂਜਣ ਆਈ ਤੈਨੂੰ ਕੋ ਪਰਜਾ ਪੂਜਣ ਆਈ ਹੈ ਬਾਹੋ ਬਾਹੋ ਕਰੈ ਸਹੀ ਜਨ ਸੁਖਣੇ ਬਾਹੋ ਬਾਹੋ ਕਰੈ ਸਹੀ ਜਨ ਸੁਖਣੇ ਹੈ ਬਾਹੋ ਬਾਹੋ ਕਰੈ ਸਹੀ ਜਨ ਸੁਖਣੇ ਬਾਹੋ ਬਾਹੋ ਕਰੈ ਸਹੀ ਜਨ ਸੁਪਨੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤਿੰਨ ਕੋ ਪਰਜਾ ਪੂਜਣ ਆਈ 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 ਹੈ ਬਾਹੋ ਬਾਹੋ ਕਰੈ ਸਹੀ ਜਨ ਸੁਖਣੇ ਬਾਹੋ ਬਾਹੋ ਕਰੈ ਸਹੀ ਜਨ ਸੁਖਣੇ ਜਪ ਜਪ ਨਾਨਕ ਜੀ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ ਤੇ ਇੱਕ ਦਿਲ ਨਹੀਂ ਵਿਸਰੇ ਇੱਕ ਦਿਲ ਨਹੀਂ ਵਿਸਰੇ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਤੇ ਜਪ ਜਪ ਨਾਨਕ ਜੀਵ
ਜਪ ਜਪ ਨਾਨਕ ਜੀ ਤੇ, ਜਪ ਜਪ ਨਾਨਕ ਜੀਵ ਤੇ, ਜਪ ਜਪ ਨਾਨਕ ਜੀਵ ਤੇ। ਇੱਕ ਤਿਲ ਨਹੀਂ ਵਿਸਰੇ ਪ੍ਰਾਣੇ ਅਧਾਰ, ਇੱਕ ਤਿਲ ਨਹੀਂ ਜਪ ਜਪ ਨਾਨਕ ਜੀਵ ਤੇ, ਜਪ ਜਪ ਨਾਨਕ ਜੀਵ। ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ, 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 ਧੰਨ ਗੁਰੂ ਤੇਗ ਬਹਾਦਰ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਇਹ ਧੰਨ ਗੁਰੂ ਧੰਨ ਪੰਜ ਪਿਆਰੇ, ਇਹ ਧੰਨ ਗੁਰੂ ਧੰਨ ਗੁਰੂ ਪਿਆਰੇ, ਧੰਨ ਗੁਰੂ ਧੰਨ ਗੁਰੂ ਪਿਆਰੇ। ਗੁਰਸਿੱਖਾਂ ਕੀ ਗਰ ਧੂੜ ਦੇ, ਹਮ ਪਾਪੀ ਪੀ ਗਤ ਪਾਰੇ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਰੇ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਰੇ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਰੇ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ। ਜਪ ਜਪ ਨਾਨਕ ਜੀਵ ਤੇ, ਇੱਕ ਤਿਲ ਨਹੀਂ ਵਿਸਰੇ ਜਪ ਜਪ ਨਾਨਕ ਜੀਵ, ਦਮਨਾ ਬਿਰਥਾ ਜਾਏ
ਸੰਭਾਲਦਾ ਦਮ ਨਾ ਬਿਰਥਾ ਜਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਜੀਵਨ ਪਦਵੀ ਪਾਏ ਜੀਵਨ ਪਦਵੀ ਪਾਏ ਤੁਰ ਖਸਮੇ ਕਾ ਹੁਕਮ ਭਇਆ ਤੁਰ ਖਸਮੇ ਕਾ ਹੁਕਮ ਭਇਆ ਵਿਣ ਸਤਿਗੁਰ ਚੇਤਿਆ ਨਾ ਜਾਏ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰੱਬ ਰਹਿਆ ਸਦਾ ਰਹਿਆ ਲਿਮ ਲਾਏ ਸਦਾ ਰਹਿਆ ਲਿਮ ਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਜੀਵਨ ਪਦਵੀ ਪਾਏ ਜਨਮ ਮਰਨ ਕਾ ਭਉ ਗਿਆ ਨਾਨਕ ਇਹੋ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਜਿਸ ਨੂੰ ਕਿਰਪਾ ਕਰੇ ਰਜਾਏ ਜਪ ਜਪ ਨਾਨਕ ਜੀਵ ਤੇ ਇੱਕ ਤਿਲ ਨਹੀਂ ਵਿਸਰੈ ਜਪ ਜਪ ਨਾਨਕ ਜੀਵ ਤੇ 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 ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੁਆਮੀ ਸੁਖਿਓ ਮਨੋ ਵਿਸਾਰੇ ਸੱਚੇ ਸਗੇ ਵਾਕਿਆ ਨਹੀਂ ਕਰਤੇ ਰਹਿ ਸਦਾ ਸਿੱਖ ਸਲਾਹ ਤੇਰੀ ਨਾਮ ਮਨ ਵਸਾਵੇ
ਕਹਿ ਕੇ ਨਾਨਕ ਸੱਚੇ ਸਾਹ ਕਿਆ ਨਹੀਂ ਕਰਦੇ ਰਹਿ ਸੱਚਾ ਨਾਮ ਮੇਰਾ ਆਧਾਰੋ ਪਰ ਸ਼ਾਂਤ ਸੁਖਮਨ ਹੈ ਦੱਸਿਆ ਜਿਹਨੀ ਇੱਛਾ ਸਭ ਕੁਝ ਆਈਆ ਕਹਿ ਕੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਦਾ ਜੀਆ ਗੁਰ ਕਰਮ ਪਾਇਆ ਤਿਨ ਕੋ ਸੇ ਨਾਮ ਕਰਕੇ ਲਾਗੇ ਅਣਤ ਸੁਣੋ ਅਡਵਾਗੀ ਕੋ ਸਗੁਣੋ ਰਘੂਰੇ ਤੂੰ ਕਰੋ ਕਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਪੁਨਿਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨ ਮੰਤ ਨਾਲ ਗੁਰ ਚਰਨ ਲਾਗੇ ਵਾਜੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਚੰਗੀਆਂ ਆਈਆਂ ਬੁਰਿਆਈਆਂ ਬਾਚੇ ਧਰਮ ਜਿੰਨੀ ਨਾਮ ਤੇ ਆਇਆ ਗਏ ਸਿੱਖ ਕਾ ਜਿੰਨੀ ਨਾਮ ਤੇ ਆਇਆ ਗਏ ਸਿੱਖ ਕਾ ਨਾਨਕ ਦੇ ਮੁਰਜਲੇ ਕੀਤੀ ਛੁੱਟੀ ਨਾ ਜਿੰਨੀ ਨਾਮ ਤੇ ਆਇਆ ਗਏ ਸਖਤ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ